ਪ੍ਰਾਈਮ ਸ਼ਾਟ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਕੈਨੇਡਾ ਵਿੱਚ ਮੈਂ ਹਾਂ ਅਵਨੀਤ ਸਿੰਘ ਤੇਜਾ ਪ੍ਰਾਈਮ ਕੈਨੇਡਾ ਵਿੱਚ ਅਸੀਂ ਕਈ ਮੁੱਦਿਆਂ ਦੇ ਉੱਪਰ ਚਰਚਾ ਕਰਦੇ ਹਾਂ ਅੱਜ ਜਿਹੜਾ ਵਿਸ਼ਾ ਲੈ ਕੇ ਮੈਂ ਤੁਹਾਡੇ ਸਨਮੁਖ ਹਾਜ਼ਰ ਹੋਇਆ ਹਾਂ ਇਹ ਪੂਰੇ ਕੈਨੇਡਾ ਵਾਸੀਆਂ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਲੋਕਾਂ ਨੂੰ ਫੋਨ ਕਾਲਾਂ ਆਉਂਦੀਆਂ ਨੇ ਲੋਕ ਡਰ ਜਾਂਦੇ ਨੇ ਤੇ ਉਸ ਤੋਂ ਬਾਅਦ ਉਹ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਨੇ ਇਹ ਫੋਨ ਕਾਲਸ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਕਿੰਨੇ ਤਰ੍ਹਾਂ ਦੀਆਂ ਕਾਲਸ ਹੁੰਦੀਆਂ ਨੇ ਇਹਨਾਂ ਧੋਖੇਬਾਜ਼ਾਂ ਖਿਲਾਫ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਜਾਂ ਲੋਕਾਂ ਨੂੰ ਕਿਵੇਂ ਸਤੇਤ ਕੀਤਾ ਜਾ ਰਿਹਾ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਦੇਣ ਲਈ ਮੇਰੇ ਨਾਲ ਨੇ ਆਰਸੀਐਮਪੀ ਅਧਿਕਾਰੀ ਜਸਪ੍ਰੀਤ ਸਿੰਘ ਜਸਪੀਤ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਵੈਰੀ ਮੱਚ ਅਵਨੀਤ ਜੀ ਐਂਡ ਪ੍ਰਾਈਮੇਸ਼ੀਆ ਦੇਖਣ ਵਾਲੇ ਸਾਰੇ ਜਿਹੜੇ ਆਡੀਅנס ਆ ਉਹਨਾਂ ਨੂੰ ਸਾਡੇ ਵੱਲੋਂ ਸ਼ੁਭਕਾਮਨਾਵਾਂ ਸਸਟਰੀਆ ਕਾਲ ਜਸਪੀਤ ਜੀ ਮੈਨੂੰ ਕੋਈ 3 ਸਾਲ ਦਾ ਸਮਾਂ ਹੋ ਗਿਆ ਕੈਨੇਡਾ ਆਏ ਨੂੰ ਹਾਂਜੀ ਤੇ ਇਹਨਾਂ ਇਸ ਸਮੇਂ ਦੇ ਦੌਰਾਨ ਮੈਂ ਇੰਨੇ ਤਰ੍ਹਾਂ ਦੀਆਂ ਕਾਲਸ ਰੀਸੀਵ ਕਰ ਚੁੱਕਾ ਜਿਦੇ ਵਿੱਚ ਕਈ ਵਾਰ ਮੈਨੂੰ ਖੁਦ ਨੂੰ ਡਰ ਲੱਗਣ ਲੱਗ ਜਾਂਦਾ ਕਿ ਮੈਂ ਕੋਈ ਗਲਤੀ ਕਰਤ ਨਹੀਂ ਬੈਠਾ ਕਿ ਹਾਲਾਂਕਿ ਮੈਂ ਕੀਤੀ ਕੁਝ ਵੀ ਨਹੀਂ ਹੁੰਦੀ ਇਹ ਜਿਹੜੀਆਂ ਫੋਨ ਕਾਲਸ ਆਉਂਦੀਆਂ ਨੇ ਇਹ ਲੋਕ ਕਿਸ ਤਰ ਕਿਸ ਕਿਸ ਤਰ੍ਹਾਂ ਦੀਆਂ ਕਾਲਸ ਆ ਰਹੀਆਂ ਨੇ ਕਿਸ ਤਰ੍ਹਾਂ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਦੇਖੋ ਜਿਹੜੀ ਸਕੈਮਸ ਐਂਡ ਕ੍ਰਾਈਮ ਕਾਲਸ ਜਿਹੜੀਆਂ ਨੇ ਉਹ ਕੰਟੀਨਿਊਸਲੀ ਲੋਕਾਂ ਨੂੰ ਡਿਫਰੈਂਟ ਡਿਫਰੈਂਟ ਏਜੰਸੀਸ ਦੇ ਨਾਂ ਤੇ ਆ ਸਕਦੀਆਂ ਨੇ ਡਿਫਰੈਂਟ ਡਿਫਰੈਂਟ ਪ੍ਰਾਈਵੇਟ ਕਾਰਪੋਰੇਟਸ ਜਿਹੜੀਆਂ ਨੇ ਕੰਪਨੀਆਂਸ ਨੇ ਉਹਨਾਂ ਦੇ ਨਾਂ ਤੇ ਆ ਸਕਦੀਆਂ ਨੇ ਥਰ ਇਜ਼ ਅ ਲੌਂਗ ਲਿਸਟ ਆਫ ਸਕੈਮ ਕਾਲਸ ਪਪਾ ਵਨ ਬਾਈ ਵਨ ਉਹਨਾਂ ਨੂੰ ਡਿਸਕਸ ਕਰਾਂਗੇ ਅ ਪਰ ਸਭ ਤੋਂ ਪਹਿਲੇ ਮੈਂ ਇਹ ਚੀਜ਼ ਡਿਸਕਸ ਕਰਨਾ ਚਾਹੂੰਗਾ ਕਿ ਕਿਸ ਕਿਸਮ ਦੇ ਤੇ ਕਿੰਨੀ ਗਿਣਤੀ ਦੇ ਵਿੱਚ ਜਿਹੜੇ ਸਕੈਮਸ ਜਿਹੜੇ ਨੇ ਉਹ ਚੱਲ ਰਹੇ ਨੇ ਕੈਨੇਡਾ ਦੇ ਵਿੱਚ ਅ ਅਗਰ ਤੁਸੀਂ ਕੈਨੇਡੀਅਨ ਐਂਟੀ ਫਰਾਡ ਸੈਂਟਰ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਉਹਨਾਂ ਦੇ ਨੰਬਰਸ ਦੇਖੋ ਤੇ ਜਿਹੜਾ ਅਜੇ ਤੱਕ ਦਾ ਡਾਟਾ ਜਿਹੜਾ ਸਾਨੂੰ ਅਵੇਲੇਬਲ ਹੈ ਅ ਫਿਸਕਲ ਈਅਰ ਦੇ ਸਾਮ ਨਾਲ ਜੀ ਦੇ ਵਿੱਚ ਸਾਡੇ ਕੋਲ April 30th ਤੱਕ ਦਾ ਡਾਟਾ ਜਿਹਦੇ ਵਿੱਚ ਕਨੇਡੀਅਨਸ ਜਿਹੜੀਆਂ ਰਿਪੋਰਟਸ ਹੋਈਆਂ ਨੇ ਉਹ 18803 ਸਕੈਮ ਸਮਝਿਆ ਨੇ ਫਰਾਡਸ ਨੇ ਉਹ ਸਾਡੇ ਸਾਹਮਣੇ ਕੰਪਲੇਂਟਸ ਆਈਆਂ ਨੇ ਜਿਹੜੇ ਰਿਪੋਰਟਡ ਨੇ ਅਨ ਰਿਪੋਰਟਡ ਕਾਫੀ ਹੋਰ ਵੀ ਹੋ ਸਕਦੇ ਨੇ ਕਈ ਲੋਕ ਰਿਪੋਰਟ ਨਹੀਂ ਵੀ ਕਰਦੇ ਪਰ ਜਿਹੜੀਆਂ ਰਿਪੋਰਟਡ ਕਾਲਸ ਨੇ ਉਹ 30 April ਤੱਕ ਦਾ ਡਾਟਾ ਸਾਡੇ ਕੋਲ ਇਹ ਹੈ ਜੀ ਠੀਕ ਹੈ ਜਦੋਂ ਅਸੀਂ ਵਿਕਟਮਸ ਆਫ ਫਰਾਡਸ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਾਡੇ ਕੋਲ 6671 ਤੀਏ ਪ੍ਰੋ ਤੱਕ ਅਜੇ ਤੱਕ ਸਾਡੇ ਕੋਲ ਵਿਕਟਮ ਜਿਹੜੇ ਨੇ ਉਹ ਰਿਪੋਰਟ ਹੋ ਠੱਗੇ ਜਾ ਚੁਕੇ ਹੋ ਚੁਕੇ ਨੇ ਉਹ 2020 ਦਾ 4 ਮਹੀਨੇ ਦਾ ਡਾਟਾ ਹੈ ਸਾਡੇ ਕੋਲ ਅੱਛਾ ਜੀ ਇਹ 4 ਮਹੀਨਿਆਂ ਚ ਏਡੀ ਵੱਡੀ ਗਿਣਤੀ ਵਿੱਚ ਲੋਕ ਠੱਗੇ ਗਏ ਕੋਈ ਅਮਾਉਂਟ ਵੀ ਦੱਸ ਸਕਦੇ ਹੋ ਕਿ ਕਿੰਨੀ ਕੁ ਅਮਾਉਂਟ ਦੀ ਠੱਗੀ ਲੋਕਾਂ ਨਾਲ ਹੋ ਚੁੱਕੀ ਹੈ ਹੁਣ ਤੱਕ ਜੀ ਜ਼ਰੂਰ ਜਨਵਰੀ ਤੋਂ ਲੈ ਕੇ April 30th ਤੱਕ 22.6 ਮਿਲੀਅਨ ਡਾਲਰ ਦਾ ਨੁਕਸਾਨ ਜਿਹੜਾ ਹੈ ਕੈਨੇਡੀਅਨਸ ਨੂੰ ਸਕੈਮਸ ਐਂਡ ਫਰਾਡਸ ਦੇ ਰਾਈ ਹੋ ਚੁੱਕਾ ਜੀ ਅਗਰ ਤੁਸੀਂ ਉਸੇ ਚੀਜ਼ ਨੂੰ ਕੰਪੇਅਰ ਕਰੀਏ ਪਿਛਲੇ ਸਾਲ ਦੇ ਸਬੰਧ ਨਾਲ 2019 ਦੇ ਵਿੱਚ ਜਨਵਰੀ 2019 ਤੋਂ ਲੈ ਕੇ ਦਸੰਬਰ 2019 ਤੱਕ ਉਹ ਫਿਗਰ ਜਿਹੜੀ ਆ ਉਹ 98 ਮਿਲੀਅਨ ਡਾਲਰ ਦੀ ਬਣਦੀ ਹੈ ਜੀ ਸੋ ਤੁਸੀਂ ਆਪੇ ਕੰਪੇਅਰ ਕਰ ਸਕਦੇ ਹੋ ਕਿ ਰੇਸ਼ੋ ਵਾਈਜ਼ 2020 ਦੇ ਵਿੱਚ ਜਿਹੜਾ ਕ੍ਰਾਈਮ ਗ੍ਰਾਫ ਹੈ ਜਿਹੜਾ ਫਰਾਡਸ ਨੇ ਉਹ ਕੋਸ਼ਿਸ਼ ਦਾ ਕਿ ਇੱਕ ਡਿਫਰੈਂਟ ਕੰਡੀਸ਼ਨ ਹੋਣ ਕਰਕੇ ਇਸ ਸਾਲ ਕੋਵਿਡ ਦੇ ਕਰਕੇ ਵੀ ਉਹ ਸਕੈਮਸ ਦੀ ਗਿਣਤੀ ਵੱਧ ਵੀ ਸਕਦੀ ਹੈ ਜੀ ਤੇ ਸਾਡਾ ਮੇਨ ਮਕਸਦ ਹੈ ਲੋਕਾਂ ਨੂੰ ਸਬਬ ਵਤ ਤੋਂ ਵੱਧ ਉਹਦੇ ਤੋਂ ਅਵੇਅਰ ਕਰਨਾ ਸਭ ਤੋਂ ਵੱਧ ਜਿਹੜੀ ਠੱਗੀ ਹੁੰਦੀ ਆ ਆਮ ਤੌਰ ਤੇ ਵੇਖਿਆ ਕਿ ਸੀਆਰਏ ਦੇ ਨਾਂ ਤੇ ਕੈਨੇਡਾ ਰੈਵੈਨਿਊ ਏਜੰਸੀ ਦੇ ਨਾਂ ਉੱਪਰ ਕਾਲਸ ਬਹੁਤ ਸਾਰੀਆਂ ਆਉਂਦੀਆਂ ਨੇ ਤੇ ਹਰੇਕ ਦਾ ਕਿਉਂਕਿ ਸਿੱਧਾ ਸਬੰਧ ਹੁੰਦਾ ਸੀਆਰਏ ਦੇ ਨਾਲ ਤੇ ਲੋਕ ਇੱਕਦਮ ਯਕੀਨ ਕਰ ਲੈਂਦੇ ਨੇ ਕਿ ਹੋ ਸਕਦਾ ਸੀਆਰਏ ਤੋਂ ਹੀ ਕਾਲ ਆਈ ਹੋਵੇ ਸਾਡੇ ਕੋਲ ਟੈਕਸ ਰਹਿੰਦਾ ਹੋਵੇ ਉਹ ਡਰ ਜਾਂਦੇ ਨੇ ਕਿ ਉਹਨਾਂ ਦੇ ਅਰੈਸਟ ਵਾਰੰਟ ਜਾਰੀ ਹੋ ਰਹੇ ਨੇ ਇਹ ਕਾਲਸ ਜਿਹੜੀਆਂ ਸਭ ਤੋਂ ਵੱਧ ਹੁੰਦੀਆਂ ਨੇ ਜਾਂ ਹੋਰ ਕੋਈ ਕਾਲਸ ਜਿਹੜੀਆਂ ਇਸ ਤੋਂ ਜ਼ਿਆਦਾ ਨਹੀਂ ਦੇਖੋ ਸਕੈਮ ਕਾਲਸ ਜਿਹੜੀਆਂ ਨੇ ਉਹ ਕਿਸੇ ਵੀ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਜੀ ਪਰਟਿਕੁਲਰਲੀ ਅਗਰ ਅਸੀਂ ਸੀਆਰਏ ਕੈਨੇਡਾ ਰੈਵਨਿਊ ਏਜੰਸੀ ਦੇ ਨਾਮ ਤੇ ਅਗਰ ਗੱਲ ਕਰੀਏ ਤਾਂ ਉਹਨਾਂ ਦੀ ਗਿਣਤੀ ਕਾਫੀ ਆ ਐਂਡ ਪਿੱਛੇ ਜੇ ਇੱਕ ਕਾਫੀ ਵੱਡਾ ਸਕੈਮ ਆਰਸੀਐਮਪੀ ਨੇ ਹੋਰ ਏਜੰਸੀਜ਼ ਦੇ ਨਾਲ ਮਿਲ ਕੇ ਬਸਟ ਵੀ ਕੀਤਾ ਸੀਗਾ ਜ ਜਿਹਦੇ ਵਿੱਚ ਕਾਫੀ ਲੋਕ ਅਰੈਸਟ ਵੀ ਹੋਏ ਸੀਗੇ ਸੀਆਰਏ ਦੇ ਨਾਮ ਤੇ ਸਪੈਸੀਫਿਕਲੀ ਇਸ ਕਰਕੇ ਇਦਾਂ ਦੀਆਂ ਕਾਲਸ ਦੇ ਵਿੱਚ ਕਿਉਂਕਿ ਸਿਨ ਨੰਬਰ ਨੂੰ ਲੈ ਕੇ ਲੋਕੀ ਬਹੁਤ ਸੈਂਸਿਟਿਵ ਨੇ ਆਪਣੇ ਫਾਈਨੈਂਸ਼ੀਅਲ ਰੈਕੋਰਡ ਆਪਣੀ ਕ੍ਰੈਡਿਟ ਹਿਸਟਰੀ ਨੂੰ ਲੈ ਕੇ ਲੋਕੀ ਬਹੁਤ ਸੈਂਸਿਟਿਵ ਹੁੰਦੇ ਨੇ ਬਿਲਕੁਲ ਸੋ ਉਹਦੇ ਵਿੱਚ ਲੋਕਾਂ ਦਾ ਡਰਨਾ ਸੁਭਾਵਿਕ ਹੈ ਜਿਸ ਤਰ੍ਹਾਂ ਦੀ ਉਹ ਲੈਂਗੁਏਜ ਕਾਲਸ ਦੇ ਉੱਤੇ ਸਕੈਮਰਸ ਜਿਹੜੇ ਨੇ ਉਹ ਯੂਜ਼ ਕਰਦੇ ਆ ਟੀਆਰਏ ਜਾਂ ਕੋਈ ਵੀ ਗਵਰਨਮੈਂਟ ਏਜੰਸੀ ਜਿਹੜੀ ਆ ਜਦੋਂ ਵੀ ਉਹ ਕਾਲ ਕਰਦੇ ਆ ਤੁਹਾਨੂੰ ਪਹਿਲੀ ਗੱਲ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਇਨਕੁਆਰੀ ਉਹਨਾਂ ਨੇ ਤੁਹਾਡੇ ਨਾਲ ਜੇ ਕਰਨੀ ਆ ਜੀ ਤਾਂ ਉਹ ਤੁਹਾਨੂੰ ਬਾਈਪੋਸਟ ਇੱਕ ਲੈਟਰ ਪੇਜ ਦੇ ਆ ਜੀ ਬਿਲਕੁਲ ਉਹ ਲੈਟਰ ਦੇ ਵਿੱਚ ਕੁਐਸਚਨ ਹੁੰਦਾ ਆ ਕਿ ਜੇ ਉਹ ਤੁਹਾਡੇ ਕੋਲੋਂ ਕੁਝ ਪੁੱਛਣਾ ਚਾਹੁੰਦੇ ਆ ਕਲੈਰੀਫਿਕੇਸ਼ਨ ਲੈਣਾ ਚਾਹੁੰਦੇ ਆ ਆ ਦੂਸਰੀ ਗੱਲ ਰਹੀ ਅਗਰ ਸੀਆਰਏ ਦੇ ਨਾਂ ਤੇ ਤੁਹਾਨੂੰ ਕੋਈ ਸਕੈਮ ਕਾਲ ਆਉਂਦੀ ਆ ਜਾਂ ਕੋਈ ਟੈਲੀਫੋਨ ਕਾਲ ਆਉਂਦੀ ਆ ਜਾਂ ਟੈਕਸ ਮੈਸੇਜ ਆਉਂਦਾ ਜਾਂ ਈਮੇਲ ਆਉਂਦੀ ਆ ਆ ਉਹਨੂੰ ਪਹਿਲੇ ਤਾਂ ਵੈਰੀਫਾਈ ਕਰੋ ਜੀ ਚੰਗੀ ਤਰ੍ਹਾਂ ਬਜਾਏ ਕਿ ਉਹਨੂੰ ਰਾਈਟ ਅਵੇ ਬਿਨਾ ਸੋਚੇ ਸਮਝੇ ਰਿਪਲਾਈ ਕਰਨ ਦੇ ਜਾਂ ਆਪਣੀ ਪਰਸਨਲ ਇਨਫੋਰਮੇਸ਼ਨ ਦੇਣ ਸਭ ਤੋਂ ਪਹਿਲੇ ਤੁਸੀਂ ਉਹਨੂੰ ਵੈਰੀਫਾਈ ਕਰੋ ਕਿ ਉਹ ਔਥੈਂਟਿਕ ਕਾਲ ਹੈ ਸੀਆਰਏ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਉਹਨਾਂ ਦਾ ਔਥੈਂਟਿਕ ਨੰਬਰ ਚੈੱਕ ਕਰੋ ਕਈ ਵਾਰੀ ਇਹ ਨੋਟਿਸ ਦੇ ਵਿੱਚ ਆਇਆ ਕਿ ਜਿਹੜੇ ਸਕੈਮਰਸ ਜਿਹੜੇ ਨੇ ਉਹ ਮਿਲਦੇ ਜੁਲਦੇ ਨੰਬਰਸ ਤੋਂ ਕਾਲ ਕਰਦੇ ਆ ਸਹੀ ਜੀ ਜਿਹੜੇ ਗਵਰਨਮੈਂਟ ਏਜੰਸੀਜ਼ ਦੇ ਨੰਬਰਸ ਹੁੰਦੇ ਨੇ ਤੁਸੀਂ ਔਥੈਂਟਿਕ ਨੰਬਰ ਜਿਹੜੇ ਨੇ ਉਹਨਾਂ ਦੀ ਵੈਬਸਾਈਟ ਤੇ authentic ਵੈਬਸਾਈਟ ਤੇ ਜਾ ਕੇ ਚੈੱਕ ਕਰੋ ਐਂਡ ਡੋਨਟ ਹੈਜ਼ਿਟੇਟ ਟੂ ਕਾਲ ਬੈਕ ਤੁਸੀਂ ਉਹ এজੰਸੀਜ਼ ਨੂੰ ਡਾਇਰੈਕਟ ਕਾਲ ਕਰੋ ਤੇ ਉਹਨਾਂ ਕੋਲੋਂ ਇਨਕੁਆਇਰ ਕਰੋ ਕਿ ਇਸ ਤਰ੍ਹਾਂ ਸਾਨੂੰ ਕਾਲ ਆਈ ਆ ਤੇ ਕੀ ਇਨਫੋਰਮੇਸ਼ਨ ਤੁਸੀਂ ਜਾਨਣਾ ਚਾਹੁੰਦੇ ਹੋ ਕਿਉਂਕਿ ਉਹ ਇੱਕ ਸਿਕਿਉਰ ਕਾਲ ਹੈ ਜਦੋਂ ਤੁਸੀਂ ਡਾਇਰੈਕਟ CRA ਨੂੰ ਜਾਂ ਕਿਸੇ ਗਵਰਨਮੈਂਟ ਏਜੰਸੀ ਨੂੰ ਕਾਲ ਕਰਦੇ ਹੋ ਉਹ ਸਿਕਿਉਰ ਕਾਲ ਹੈ ਉੱਥੇ ਤੁਸੀਂ ਇਨਫੋਰਮੇਸ਼ਨ ਜਿਹੜੀ ਉਹ ਆਪਣੀ ਅ ਸ਼ੇਅਰ ਕਰ ਸਕਦੇ ਹੋ ਐਂਡ ਮੋਸਟ ਆਫ ਦਾ ਟਾਈਮ ਉਹਨਾਂ ਕੋਲ ਤੁਹਾਡੀ ਇਨਫੋਰਮੇਸ਼ਨ ਪਹਿਲਾਂ ਹੀ ਹੁੰਦੀ ਹੈ ਜਦੋਂ ਤੁਸੀਂ ਆਪਣਾ ਸਿਨ ਨੰਬਰ ਪਾ ਕੇ ਗੱਲ ਕਰਦੇ ਹੋ ਜੀ ਐਂਡ ਯੂ ਵਿਲ ਫਾਈਂਡ ਦਾ ਟਰਥ ਕਿ CRA ਦਨੀਆਂ ਕਾਲਸ ਨਹੀਂ ਕਰਦੇ ਅ ਦੂਸਰਾ ਕਲੂ ਜਿਹੜਾ ਅਸੀਂ ਦੇਖ ਸਕਦੇ ਹਾਂ ਕਿ ਗਵਰਨਮੈਂਟ ਏਜੰਸੀ ਦੇ ਨਾਂ ਤੇ ਸਕੈਮਰਸ ਜਿਸ ਤਰ੍ਹਾਂ ਦੀ ਲੈਂਗੁਏਜ ਯੂਜ਼ ਕਰਦੇ ਆ ਉਹ ਗਵਰਨਮੈਂਟ ਏਜੰਸੀਸ ਕਦੀ ਵੀ ਯੂਜ਼ ਨਹੀਂ ਕਰਦੀਆਂ ਬਿਲਕੁਲ ਰਾਈਟ ਕਿਉਂਕਿ ਉਹਨਾਂ ਦੀ ਲੈਂਗੁਏਜ ਦੇ ਵਿੱਚ ਇੱਕ ਤਰ੍ਹਾਂ ਦੀ ਥ੍ਰੈਟ ਹੁੰਦੀ ਆ ਉਹਨਾਂ ਦੀ ਲੈਂਗੁਏਜ ਦੇ ਵਿੱਚ ਕਈ ਤਰ੍ਹਾਂ ਦੀਆਂ ਧਮਕੀ ਭਰੇ ਵਰਡਸ ਹੁੰਦੇ ਨੇ ਜਿਹਦੇ ਚ ਤੁਹਾਨੂੰ ਡਰਾ ਸਕਦੇ ਨੇ ਸੋ ਡਰਨ ਦੀ ਲੋੜ ਨਹੀਂ ਆ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਡਰੋ ਨਾ ਜੀ ਆਪਣੀ ਤੁਸੀਂ ਇਨਕੁਆਇਰੀ ਪੂਰੀ ਕਰੋ ਐਂਡ ਉਹਨੂੰ ਰਿਪੋਰਟ ਕਰੋ ਅਗਰ ਤੁਹਾਨੂੰ ਕੋਈ ਲੱਗਦਾ ਹੈ ਡਾਊਟ ਕਿ ਉਹ ਸਹੀ ਨਹੀਂ ਹੈ ਜੀ ਕਿਉਂਕਿ ਰਿਪੋਰਟ ਕਰੋਗੇ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਸਾਡੇ ਕੋਲ ਵੀ ਪਹੁੰਚਣਗੀਆਂ ਐਂਡ ਕੈਨੇਡੀਅਨ ਐਂਟੀ ਫਰਾਡ ਸੈਂਟਰ ਦੇ ਕੋਲ ਵੀ ਰਿਪੋਰਟ ਹੋਣਗੀਆਂ ਜੀ ਅੱਛਾ ਇਹ ਤੇ ਹੋ ਗਈ ਜਿਵੇਂ ਸੀਆਰਏ ਦੀ ਕਾਲਸ ਆਉਂਦੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਕਈ ਵਾਰੀ ਜਿਹੜੀਆਂ ਪੁਲਿਸ ਦੇ ਨਾਂ ਤੇ ਵੀ ਕਾਲਸ ਆਉਂਦੀਆਂ ਨੇ ਉਹਦੇ ਵਿੱਚ ਵੀ ਕਿਹਾ ਜਾਂਦਾ ਕਿ ਸ਼ਾਇਦ ਤੁਹਾਡੇ ਲਈ ਕੋਈ ਕ੍ਰਾਈਮ ਹੋਇਆ ਇਸ ਤਰ੍ਹਾਂ ਦੇ ਕਈ ਮੇਰੇ ਦੋਸਤਾਂ ਨੇ ਜਾਂ ਸੇਵਾਸੀ ਕਈ ਲੋਕਾਂ ਨੇ ਰਿਪੋਰਟ ਕੀਤੀਆਂ ਨੇ ਕਿ ਪੁਲਿਸ ਦੇ ਨਾਂ ਤੇ ਵੀ ਬਹੁਤ ਜਲਦੀ ਲੋਕ ਘਬਰਾ ਜਾਂਦੇ ਆ ਹਾਲਾਂਕਿ ਕੈਨੇਡਾ ਦੀ ਪੁਲਿਸ ਇਸ ਤਰ੍ਹਾਂ ਦੀ ਨਹੀਂ ਕਿ ਉਹਨਾਂ ਨੂੰ ਡਰਿਆ ਜਾਵੇ ਇੰਨਾ ਜ਼ਿਆਦਾ ਕਿ ਘਬਰਾ ਜਾਣ ਇਸ ਤਰ੍ਹਾਂ ਦੀ ਕਾਲਸ ਵੀ ਆਉਂਦੀਆਂ ਨੇ ਅ ਦੇਖੋ ਪੁਲਿਸ ਦੇ ਨਾਂ ਤੇ ਸਭ ਤੋਂ ਪਹਿਲਾਂ ਤਾਂ ਇੱਕ ਰੀਜ਼ਨ ਦੱਸਦਾ ਕਿ ਲੋਕੀ ਡਰ ਕਿਉਂ ਜਾਂਦੇ ਨੇ ਜੀ ਪਹਿਲੀ ਗੱਲ ਤਾਂ ਕੈਨੇਡਾ ਦੇ ਵਿੱਚ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਫੋਨ ਕਾਲ ਜਾਂ ਕਿਸੇ ਵੀ ਕਿਸਮ ਦੀ ਇਸ ਤਰ੍ਹਾਂ ਦੀ ਸਿਚੁਏਸ਼ਨ ਤੋਂ ਡਰਨਾ ਨਹੀਂ ਚਾਹੀਦਾ ਜੀ ਇਹ ਉਹਨਾਂ ਕੇਸਸ ਦੇ ਵਿੱਚ ਹੁੰਦਾ ਜਦੋਂ ਤੁਸੀਂ ਅਸੀਂ ਨਵੇਂ ਇਮੀਗ੍ਰੈਂਟਸ ਜਿਹੜੇ ਆਉਂਦੇ ਆ ਹਾਂਜੀ ਅ ਐਜ਼ ਅ ਨਿਊ ਸਟੂਡੈਂਟ ਆਉਂਦੇ ਆ ਜਾਂ ਵਰਕ ਪਰਮਿਟ ਹੋਲਡਰ ਜਾਂ ਨਿਊ ਇਮੀਗ੍ਰੈਂਟਸ ਇੱਥੇ ਲੈਂਡ ਕਰਦੇ ਆ ਤੇ ਜਿੰਨਾ ਕੰਟਰੀਜ਼ ਤੋਂ ਅ ਅਸੀਂ ਲੋਕ ਆ ਰਹੇ ਆ ਜੀ ਉੱਥੇ ਇੱਕ ਪੁਲਿਸ ਦਾ ਡਰਜਾ ਬਣਿਆ ਹੋਇਆ ਰਾਈਟ ਕੈਨੇਡਾ ਦੇ ਵਿੱਚ ਪੁਲਿਸ ਜਿਹੜੀ ਆ ਉਹ ਤੁਹਾਡੀ ਹੈਲਪ ਵਾਸਤੇ ਆ ਨਾ ਕਿ ਤੁਹਾਨੂੰ ਡਰਾਉਣ ਵਾਸਤੇ ਆ ਅਗਰ ਤੁਸੀਂ ਆਪਣੀ ਲਾਈਫ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਗਲਤ ਕੰਮ ਨਹੀਂ ਕੀਤਾ ਤੇ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਆ ਜਦੋਂ ਇਦਾਂ ਦੀ ਕੋਈ ਕਾਲ ਆਉਂਦੀ ਆ ਅਸੀਂ ਵੀ ਕਈ ਵਾਰ ਕਾਲਸ ਕਰਦੇ ਆ ਇਨਕੁਆਇਰੀ ਵਾਸਤੇ ਕਾਲਸ ਕਰਦੇ ਆ ਤੇ ਅਸੀਂ ਇੰਟਰੋਡਿਊਸ ਕਰਦੇ ਆ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕਿ ਅਸੀਂ ਕਿੱਥੋਂ ਬੋਲ ਰਹੇ ਆ ਕਿਹੜੇ ਪੁਲਿਸ ਡਿਸਟ੍ਰਿਕਟ ਤੋਂ ਬੋਲ ਰਹੇ ਆ ਜਾਂ ਆਰ ਸੀ ਐਮ ਪੀ ਦੀ ਕਿਹੜੀ ਡਿਟੈਚਮੈਂਟ ਤੋਂ ਅਸੀਂ ਬੋਲ ਰਹੇ ਆ ਆਪਣੇ ਆਪ ਨੂੰ ਅਸੀਂ ਇੰਟਰੋਡਿਊਸ ਕਰਦੇ ਆ ਐਂਡ ਪਬਲਿਕ ਨੂੰ ਪੂਰਾ ਰਾਈਟ ਆ ਕਿ ਉਹ ਆਪਣੀ ਇਨਫੋਰਮੇਸ਼ਨ ਫੋਨ ਤੇ ਦੇਣੀ ਆ ਨਾ ਦੇਣ ਰਾਈਟ ਅਗਰ ਉਹਨਾਂ ਨੂੰ ਡਾਊਟ ਹੈ ਕਿ ਉਹ ਕਾਲ ਜਿਹੜੀ ਰੀਅਲ ਨਹੀਂ ਹੈ ਤੇ ਤੁਸੀਂ ਪੁਲਿਸ ਆਫੀਸਰ ਜਿਹੜਾ ਵੀ ਤੁਹਾਨੂੰ ਕਾਲ ਕਰ ਰਿਹਾ ਉਹਨੂੰ ਤੁਸੀਂ ਪੁੱਛ ਸਕਦੇ ਹੋ ਕਿ ਅਸੀਂ ਤੁਹਾਨੂੰ ਆਫਿਸ ਜਾ ਕੇ ਮਿਲ ਸਕਦੇ ਹੋ ਤੁਸੀਂ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਤੁਸੀਂ ਉਹਨਾਂ ਨੂੰ ਪਰਸਨਲੀ ਜਾ ਕੇ ਮਿਲ ਸਕਦੇ ਹੋ ਸੋ ਅਗਰ ਤੁਸੀਂ ਕੰਫਰਟੇਬਲ ਨਹੀਂ ਹੋ ਕਿ ਇਨਫੋਰਮੇਸ਼ਨ ਜਿਹੜੀ ਤੁਸੀਂ ਫੋਨ ਤੇ ਦੇਣੀ ਆ ਤੁਹਾਨੂੰ ਲੱਗਦਾ ਹੈ ਕਿ ਉਹ ਫੇਕ ਕਾਲ ਲੱਗ ਰਹੀ ਹੈ ਤੁਹਾਨੂੰ ਤੁਸੀਂ ਹਮੇਸ਼ਾ ਉਹ ਨੰਬਰ ਨੂੰ ਕੱਟ ਕੇ ਤੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਉਹ ਕਿ ਕਿਹੜੇ ਪੁਲਿਸ ਸਟੇਸ਼ਨ ਜਾਂ ਕਿਹੜੀ RCMP ਡਿਟੈਚਮੈਂਟ ਤੋਂ ਤੁਸੀਂ ਕਾਲ ਕਰ ਰਹੇ ਹੋ ਜੀ ਤੇ ਉਹ ਉਹਨਾਂ ਦੇ authentic ਨੰਬਰ ਤੇ ਕਾਲ ਬੈਕ ਕਰਕੇ ਉਸੇ ਆਫੀਸਰਸ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਠੀਕ ਹੈ ਸੋ ਇਹ ਇੱਕ ਮੈਥਡ ਹੈ ਜਿਹਨੂੰ ਅਸੀਂ ਕਾਲ ਵੈਰੀਫਿਕੇਸ਼ਨ ਕਹਿ ਦਿੰਨੇ ਆ ਠੀਕ ਹੈ ਜੀ রাইਟ ਐਂਡ ਮੋਰਓਵਰ ਲੋਕਾਂ ਨੂੰ ਇੱਥੇ ਪੁਲਿਸ ਤੋਂ ਡਰਨ ਦੀ ਲੋੜ ਨਹੀਂ ਆ ਪੁਲਿਸ ਤੁਹਾਡੀ ਹੈਲਪ ਵਾਸਤੇ ਆ ਇੱਕ ਹੋਰ ਵੀ ਇਸ ਸਕੈਮ ਸਾਹਮਣੇ ਆਉਂਦੇ ਆ ਕਿ ਕਈ ਵਾਰ ਜਿਹੜੀਆਂ ਟੈਲੀਕਮਿਊਨੀਕੇਸ਼ਨ ਕੰਪਨੀਆਂਜ਼ ਆ ਉਹਨਾਂ ਦੇ ਨਾਮ ਉੱਪਰ ਵੀ ਕਾਲਸ ਆਉਂਦੀਆਂ ਨੇ ਕਿ ਤੁਹਾਨੂੰ ਅਸੀਂ ਆ ਪੈਕੇਜ ਦੇ ਦਿੰਨੇ ਆ ਜਾਂ ਤੁਹਾਨੂੰ ਬੜੇ ਵਧੀਆ-ਵਧੀਆ ਪੈਕੇਜ ਤੁਹਾਡੇ ਸਾਹਮਣੇ ਰੱਖ ਦਿੰਦੇ ਆ ਕਿ ਲੋਕ ਲਾਲਚ ਵਿੱਚ ਆ ਜਾਂਦੇ ਆ ਕਿ ਠੀਕ ਹੈ ਜੀ ਤੁਸੀਂ ਆ ਕੇ ਇੰਸਟਾਲ ਕਰ ਦਿਓ ਇਹ ਇਸ ਇਹ ਕਾਲ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਜੀ ਦੇਖੋ ਟੈਲੀਕਮਿਊਨੀਕੇਸ਼ਨ ਕੰਪਨੀਆਂਜ਼ ਦੇ ਨਾਂ ਤੇ ਵੀ ਕਾਲਸ ਜਿਹੜੀਆਂ ਨੇ ਉਹ ਕਾਫੀ ਸਾਡੇ ਕੋਲ ਰਿਪੋਰਟ ਹੋਈਆਂ ਨੇ ਜੀ ਮੈਂ ਕਿਸੇ ਟੈਲੀਕਮਿਊਨੀਕੇਸ਼ਨ ਕੰਪਨੀ ਦਾ ਨਾਮ ਨਹੀਂ ਲਾਉਂਗਾ ਪਰ ਹੈ ਕਿ ਕਈ ਵੱਡੀਆਂ ਕੰਪਨੀਆਂਜ਼ ਵੀ ਨੇ ਕਈ ਛੋਟੀਆਂ ਕੰਪਨੀਆਂਜ਼ ਨੇ ਅਗੇਨ ਜਿਸ ਤਰ੍ਹਾਂ ਮੈਂ ਸੀਆਰਏ ਦੀ ਐਗਜ਼ਾਮਪਲ ਦਿੱਤੀ ਹੈ ਉਸੇ ਤਰ੍ਹਾਂ ਕਿਸੇ ਵੀ ਪ੍ਰਾਈਵੇਟ ਕੰਪਨੀ ਦੇ ਨਾਲ ਮਿਲਦੇ ਜੁਲਦੇ ਨੰਬਰਾਂ ਤੋਂ ਸਕੈਮਰ ਜਿਹੜੇ ਨੇ ਉਹ ਕਾਲ ਕਰ ਸਕਦੇ ਆ ਜੀ ਉਹ ਪਹਿਲਾਂ ਤਾਂ ਤੁਹਾਡੇ ਕੋਲੋਂ ਇਨਫੋਰਮੇਸ਼ਨ ਲੈਂਦੇ ਆ ਕਿ ਤੁਹਾਡੇ ਕੋਲ ਇਸ ਕੰਪਨੀ ਦਾ ਕਨੈਕਸ਼ਨ ਹੈ ਜਾਂ ਨਹੀਂ ਹੈ ਅਗਰ ਤੁਹਾਡੇ ਕੋਲ ਹੈ ਤੇ ਉਹ ਤੁਹਾਡੇ ਕੋਲੋਂ ਇਨਫਰਮੇਸ਼ਨ ਐਕ ਵੈਰੀਫਾਈ ਕਰਦੇ ਆ ਕਿ ਫॉर ਸਕਿਉਰਿਟੀ ਰੀਜ਼ਨ ਸਾਨੂੰ ਇਹ ਵੈਰੀਫਾਈ ਕਰਨਾ ਜ਼ਰੂਰੀ ਆ ਸੋ ਅਗੇਨ ਉਹਦੇ ਵਿੱਚ ਅਗਰ ਤੁਹਾਨੂੰ ਲੱਗਦਾ ਹੈ ਕਿ ਅਗਰ ਉਹ ਸਕੈਮ ਕਾਲ ਹੈ ਜਾਂ ਤੁਹਾਨੂੰ ਡਾਊਟ ਲੱਗਦਾ ਹੈ ਤੇ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਮੈਂ ਇਸ ਟਾਈਮ ਬਿਜ਼ੀ ਆ ਤੇ ਤੁਸੀਂ ਉਹ ਉਹਨਾਂ ਦੇ ਆਥੈਂਟਿਕ ਨੰਬਰ ਤੇ ਕਾਲ ਬੈਕ ਕਰਕੇ ਤੇ ਦੁਬਾਰਾ ਇਨਫਰਮੇਸ਼ਨ ਉਹ ਜਿਹੜੀ ਪੁੱਛ ਸਕਦੇ ਹੋ ਜੀ ਜਸਟ ਇਚ ਆਪਣੀ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ ਵਕਤ ਹੋ ਗਿਆ ਇੱਕ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਸ਼ੁਰੂ ਤੁਸੀਂ ਜਿਵੇਂ ਗੱਲ ਕਰ ਰਹੇ ਸੀ ਕਿ ਟੈਲੀਕਮਿਊਨੀਕੇਸ਼ਨ ਕੰਪਨੀਆਂ ਜਾਂ ਹੋਰ ਲਾਲਚ ਸਭ ਤੋਂ ਵੱਡਾ ਕਾਰਨ ਹੈ ਕਿ ਲੋਕ ਫਸ ਜਾਂਦੇ ਆ ਲੋਕਾਂ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਤੁਹਾਡੀ ਲੋਟਰੀ ਨਿਕਲ ਆਈ ਹਾਲਾਂਕਿ ਲੋਟਰੀ ਪਾਈ ਜਾਂ ਨਹੀਂ ਪਾਈ ਲੋਕੀ ਇਹ ਵੀ ਨਹੀਂ ਵੇਖਦੇ ਕਿ ਪਾਈ ਵੀ ਹੈਗੀ ਕਿਤੇ ਲੋਟਰੀ ਨਿਕਲੀ ਕਿੱਥੋਂ ਹੈ ਇਹ ਇਸ ਤਰ੍ਹਾਂ ਇਹਦੇ ਵਿੱਚ ਕਿੰਨੇ ਲੋਕ ਫਸਦੇ ਨੇ ਜੀ ਅ ਇਹਦੇ ਚ ਵੀ ਰਿਪੋਰਟਡ ਕੇਸਸ ਕਾਫੀ ਨੇ ਮੋਸਟ ਆਫ ਦਾ ਟਾਈਮ ਤਾਂ ਇਹ ਹੀ ਆ ਕਿ ਲੋਕ ਜਿਹੜੇ ਸਮਾਰਟ ਲੋਕ ਨੇ ਉਹ ਇਸ ਚੀਜ਼ ਨੂੰ ਪਹਿਲਾਂ ਹੀ ਜਜ ਕਰ ਲੈਂਦੇ ਨੇ ਕਿ ਉਹ ਅਗਰ ਲੋਟਰੀ ਨਹੀਂ ਪਾਈ ਤਾਂ ਲੋਟਰੀ ਨਿਕਲਣ ਦਾ ਕੋਈ ਮਤਲਬ ਹੀ ਨਹੀਂ ਹੈ রাইਟ ਸੋ ਇਦਾਂ ਦੀਆਂ ਕਾਲਸ ਨੂੰ ਤੁਸੀਂ ਰਾਈਟ ਅਵੇ ਡਿਸਕਨੈਕਟ ਕਰ ਦਿਓ ਇਦਾਂ ਦੀਆਂ ਈਮੇਲ ਜਿਹੜੀਆਂ ਨੇ ਉਹਨਾਂ ਨੂੰ ਰਾਈਟ ਅਵੇ ਡਿਲੀਟ ਕਰੋ ਉਹਨਾਂ ਦੇ ਉੱਤੇ ਜਿਹੜੇ ਲਿੰਕ ਆਉਂਦੇ ਨੇ ਉਹਨਾਂ ਦੇ ਲਿੰਕਸ ਦੇ ਉੱਤੇ ਕਦੀ ਕਲਿੱਕ ਨਾ ਕਰੋ ਜੇ ਟੈਕਸਟ ਮੈਸੇजेस ਆਉਂਦੇ ਨੇ ਉਹਨਾਂ ਨੂੰ ਕਦੀ ਵੀ ਰਿਪਲਾਈ ਜਾਂ ਰਿਸਪੌਂਡ ਨਾ ਕਰੋ রাইਟ ਕਿਉਂਕਿ you are the best judge of yourself ਤੁਹਾਨੂੰ ਪਤਾ ਹੈ ਕਿ ਤੁਸੀਂ ਇਦਾਂ ਦੀ ਕੋਈ ਸਬਸਕ੍ਰਿਪਸ਼ਨ ਨਹੀਂ ਲਈ ਹੋਈ ਕਈ ਵਾਰੀ ट्रैवल ਏਜੰਸੀਜ਼ ਦੇ ਨਾਂ ਤੇ ਵੀ ਤੁਹਾਨੂੰ ਕਾਲਸ ਆਉਂਦੀਆਂ ਨੇ ਕਿ ਕਿਸੇ ਹੋਟਲ ਦਾ ਜਾਂ ਕਿਸੇ 에어ਲਾਈਨ ਦਾ ਜਾਂ ਕਿਸੇ ट्रैवल ਕੰਪਨੀ ਦਾ ਪੈਕੇਜ ਨਿਕਲ ਆਇਆ ਜਿਦੇ ਚ ਤੁਹਾਨੂੰ ਡਿਸਕਾਊਂਟਸ ਆਫਰ ਕੀਤੇ ਜਾਂਦੇ ਨੇ ਰਾਈਟ ਸੋ ਉਹਨਾਂ ਦੇ ਪਿੱਛੇ ਮਕਸਦ ਇੱਕ ਹੀ ਹੁੰਦਾ ਹੈ ਉਹਨਾਂ ਦਾ ਤੁਹਾਡੀ ਪਰਸਨਲ ਇਨਫੋਰਮੇਸ਼ਨ ਜਿਹੜੀ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਲੈਣਾ ਜੀ ਕਈ ਕਈ ਵਾਰ ਲੋਕ ਲਾਲਚ ਦੇ ਵਿੱਚ ਆ ਕੇ ਪਰਸਨਲ ਇਨਫੋਰਮੇਸ਼ਨ ਜਿਹੜੀ ਆ ਉਹ ਦੇ ਦਿੰਦੇ ਆ ਜਿਹੜੀ ਕਿ ਮੈਂ ਲੋਕਾਂ ਨੂੰ ਰეკਮੈਂਡ ਕਰਾਂਗਾ ਕਿ ਤੁਸੀਂ ਆਪਣੀ ਕੋਈ ਵੀ ਪਰਸਨਲ ਇਨਫੋਰਮੇਸ਼ਨ ਜਿਹੜੀ ਆ ਉਹ ਕਦੀ ਵੀ ਫੋਨ ਦੇ ਉੱਤੇ ਨਾ ਦਿਓ ਜੀ ਜਦੋਂ ਤੱਕ ਤੁਹਾਨੂੰ ਉਸ ਕੰਪਨੀ ਬਾਰੇ ਪੂਰੀ ਤਰ੍ਹਾਂ ਨੋਲੇਜ ਨਹੀਂ ਆ ਐਂਡ ਅਗਰ ਤੁਸੀਂ ਇਦਾਂ ਦੀ ਕੋਈ ਆਫਰਸ ਤੁਹਾਨੂੰ ਰਿਸੀਵ ਹੋ ਵੀ ਰਹੀਆਂ ਨੇ ਤਾਂ ਅਗੇਨ ਕਾਲ ਬੈਕ ਔਨ ਦਾ ਔਥੈਂਟਿਕ ਨੰਬਰ ਆਫ दैट ਕੰਪਨੀ ਜੀ ਉਸ ਕੰਪਨੀ ਦੇ ਤੁਸੀਂ ਆਫਿਸ 'ਚ ਕਾਲ ਕਰਕੇ ਤੁਸੀਂ ਵੈਰੀਫਾਈ ਕਰੋ ਕਿ ਇਦਾਂ ਦੀਆਂ ਕੋਈ ਆਫਰਸ ਚੱਲ ਰਹੀਆਂ ਨੇ ਸੋ ਕਦੀ ਵੀ ਹਰੀ ਦੇ ਵਿੱਚ ਕੋਈ ਡਿਸੀਜਨ ਨਾ ਲਓ ਕਦੀ ਵੀ ਜਲਦਬਾਜੀ ਦੇ ਵਿੱਚ ਤੁਸੀਂ ਇਦਾਂ ਦੀ ਕੋਈ ਆਫਰ ਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਨਾ ਕਰੋ there are always opportunities ਇੱਕ ਹੋਰ ਵੀ ਵੇਖਿਆ ਗਿਆ ਜਸਪੀ ਜੀ ਕਿ ਪਰਿਵਾਰਕ ਮੈਂਬਰਾਂ ਨੂੰ ਕਾਲਸ ਆਉਂਦੀਆਂ ਨੇ ਕਿ ਤੁਹਾਡੇ ਫੈਮਿਲੀ ਮੈਂਬਰ ਦੇ ਨਾਲ ਕੁਝ ਇਸ ਤਰ੍ਹਾਂ ਦਾ ਮਾੜਾ ਹੋ ਗਿਆ ਜਾਂ ਉਹ ਅੰਡਰ ਅਰੈਸਟ ਹੈ ਇਸ ਵਕਤ ਉਹਦੀ ਬੇਲ ਕਰਾਉਣੀ ਪੈਗੀ ਤੁਹਾਨੂੰ ਇਮੀਡੀਏਟਲੀ ਲੋਕ ਜਦੋਂ ਆਪਣੇ ਕਿਸੇ ਪਿਆਰੇ ਨੂੰ ਨਾਲ ਕੁਝ ਇਸ ਤਰ੍ਹਾਂ ਦਾ ਵਾਪਰਿਆ ਸੁਣਦੇ ਆ ਤੇ ਉਸ ਵਕਤ ਸੋਚਣ ਸਮਝਣ ਦੀ ਸ਼ਕਤੀ ਜਿਹੜੀ ਹੈ ਉਹ ਗਵਾਜ ਜਾਂਦੀ ਹੈ ਤੇ ਪਹਿਲੀ ਫਿਕਰ ਹੁੰਦੀ ਹੈ ਕਿ ਮੈਂ ਕਿਸੇ ਨਾ ਕਿਸ ਤਰੀਕਾ ਸੇਵ ਕਰਾਂ ਆਪਣੇ ਉਸ ਫੈਮਿਲੀ ਮੈਂਬਰ ਨੂੰ ਇਸ ਤਰ੍ਹਾਂ ਦੀਆਂ ਕਾਲਸ ਵਿੱਚ ਲੋਕਾਂ ਨੂੰ ਕਿਵੇਂ ਫਸਾਇਆ ਜਾਂਦਾ ਅਹ ਦੇਖੋ ਕਈ ਵਾਰ ਹੁੰਦਾ ਹੈ ਕਿ ਸਾਡੇ ਫੈਮਿਲੀ ਮੈਂਬਰਸ ਜਿਸ ਤਰ੍ਹਾਂ ਓਵਰਸੀਜ਼ ਹੁੰਦੇ ਨੇ ਅਹ ਮੇਰੇ ਖਿਆਲ ਚ ਕਾਫੀ ਸਾਡੇ ਜਿਹੜੇ ਆਪਣੀ ਕਮਿਊਨਿਟੀ ਦੇ ਲੋਕ ਨੇ ਅਹ ਉਹਨਾਂ ਦੇ ਪੇਰੈਂਟਸ ਜਾਂ ਉਹਨਾਂ ਦੇ ਡਿਸਟੈਂਟ ਰਿਲੇਟਿਵਸ ਜਿਹੜੇ ਨੇ ਦੂਸਰੇ ਕੰਟਰੀਜ਼ ਦੇ ਵਿੱਚ ਨੇ ਜੀ ਅਹ ਉਹਨਾਂ ਦੇ ਨਾਂ ਤੇ ਕਈ ਵਾਰੀ ਇਸ ਤਰ੍ਹਾਂ ਦੇ ਤੁਹਾਨੂੰ ਟੈਕਸਟ ਮੈਸੇजेस ਜਾਂ ਕਾਲਸ ਜਾਂ ਸੋਸ਼ਲ ਮੀਡੀਆ ਮੈਸੇजेस ਆ ਸਕਦੇ ਨੇ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਤੁਹਾਡੇ ਜਿਹੜੇ ਰਿਲੇਟਿਵਸ ਨੇ ਉਹ ਕਿਸ ਲੋਕੇਸ਼ਨ ਤੇ ਨੇ ਕਿਸ ਜਗ੍ਹਾ ਤੇ ਨੇ ਐਂਡ ਵੈਰੀਫਾਈ ਕਰੋ ਆਪਣੇ ਸੋਰਸਸ ਦੇ ਥਰੂ ਕਿ ਉਹ ਠੀਕ ਠਾਕ ਨੇ ਰਾਈਟ ਐਂਡ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਇਨਸੀਡੈਂਟ ਇਨ ਰਿਐਲਿਟੀ ਹੋਵੇ ਤੇ ਉਹ ਹਮੇਸ਼ਾ ਤੁਹਾਨੂੰ ਅਗਰ ਕੋਈ ਇਨਫੋਰਮੇਸ਼ਨ ਆਉਣੀ ਆ ਤੇ ਉਹ ਉਸ ਤਰ੍ਹਾਂ ਦੇ ਜਸਟਿਸ ਡਿਪਾਰਟਮੈਂਟ ਜਾਂ ਪੁਲਿਸ ਡਿਪਾਰਟਮੈਂਟ ਦੇ ਥਰੂ ਕੀ ਆ ਸਕਦੀ ਹੈ ਜਿੱਥੋਂ ਤੁਸੀਂ ਇਨਫੋਰਮੇਸ਼ਨ ਦਿੰਦੇ ਹੋ ਜਾਂ ਲਾਇਰ ਦੇ ਥਰੂ ਔਨ ਦੀ ਪਰ ਇਦਾਂ ਦੀ ਅਗਰ ਕੋਈ ਕਾਲ ਆਉਂਦੀ ਹੈ ਉਹ 99% ਆਫ ਦਾ ਟਾਈਮ ਆਈ ਊਡ ਸੇ ਉਹ ਫੇਕ ਕਾਲਸ ਹੁੰਦੀਆਂ ਨੇ ਤੇ ਤੁਸੀਂ ਸਭ ਤੋਂ ਪਹਿਲੇ ਆਪਣੇ ਰਿਲੇਟਿਵਸ ਦੇ ਨਾਲ ਜਿਹੜੇ ਉਹਨਾਂ ਦੇ ਡਾਇਰੈਕਟ ਕੰਟੈਕਟਸ ਨੇ ਤੁਸੀਂ ਉਹਨਾਂ ਦੇ ਨਾਲ ਵੈਰੀਫਾਈ ਕਰੋ ਐਂਡ ਜਿਹੜਾ ਵੀ ਤੁਹਾਡਾ ਕਾਲਰ ਹੈ ਤੁਸੀਂ ਉਹ ਨੰਬਰ ਨੋਟ ਕਰਕੇ ਉਸ ਚੀਜ਼ ਨੂੰ ਰਿਪੋਰਟ ਕਰੋ ਕਿ ਇਸ ਤਰ੍ਹਾਂ ਦੀਆਂ ਕਾਲਸ ਆ ਰਹੀਆਂ ਨੇ ਸਪੂਫਿੰਗ ਕਾਲਸ ਉਹਦੇ ਬਾਰੇ ਬਹੁਤ ਚਰਚਾ ਹੋ ਰਹੀ ਹੈ ਕਿ ਤੁਹਾਡਾ ਜੋ ਨੰਬਰ ਹੈ ਸੇਮ ਨੰਬਰ ਤੇ ਤੁਹਾਨੂੰ ਕਾਲਸ ਆਉਂਦੀਆਂ ਹਾਲਾਂਕਿ ਤੁਹਾਡੇ ਫੋਨ ਤੋਂ ਕਾਲ ਨਹੀਂ ਜਾ ਰਹੀ ਹੁੰਦੀ ਇਹਦੇ ਵਿੱਚ ਵੀ ਲੋਕ ਬਹੁਤ ਬੁਰੀ ਤਰ੍ਹਾਂ ਫਸ ਰਹੇ ਕਿਉਂਕਿ ਉਸੇ ਨੰਬਰ ਤੋਂ ਕਾਲ ਰਹੀ ਜੋ ਉਹਨਾਂ ਦੇ ਆਪਣੇ ਦਾ ਕਿਸੇ ਜੀ ਦਾ ਹੁੰਦਾ ਦੇਖੋ ਠੀਕ ਹੈ ਜੀ ਜਿਹੜੀ ਸਪੂਫਿੰਗ ਕਾਲਸ ਦੀ ਆਪਾਂ ਗੱਲ ਕਰ ਰਹੇ ਆ ਇਹ ਇਹ ਜਿਹੜੇ ਨੰਬਰਸ ਹੁੰਦੇ ਨੇ ਇਹ ਕਈ ਵਾਰੀ ਜਿਹੜੇ ਨੇ ਇਹ ਇੰਟਰਨੈਟ ਜਨਰੇਟਿਡ ਨੰਬਰਸ ਹੁੰਦੇ ਨੇ ਜੀ ਅ ਵਰਚੁਅਲ ਪ੍ਰਾਈਵੇਟ ਨੈਟਵਰਕ ਦੇ थ्रू ਉਹ ਸਕੈਮਰਸ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਨੰਬਰਸ ਮਿਲਦੇ ਜੁਲਦੇ ਜਨਰੇਟ ਕਰ ਲੈਂਦੇ ਨੇ ਜੀ ਐਂਡ ਉਹਨਾਂ ਨੂੰ ਕਦੀ ਵੀ ਕਿਸੇ ਵੀ ਡਾਇਰੈਕਟਰੀ ਦੇ ਨਾਮ ਦੇ ਨਾਲ ਉਹ ਜੋੜ ਸਕਦੇ ਨੇ ਰਾਈਟ ਸਿਮ ਕਲੋਨਿੰਗ ਇੱਕ ਹੋਲ ਟਰਮ ਹੈ ਜਿਹਦੇ ਵਿੱਚ ਤੁਹਾਡਾ ਡੁਪਲੀਕੇਟ ਸਿਮ ਬਣਾ ਕੇ ਜਦੋਂ ਕਿ ਇਹ ਚੀਜ਼ਾਂ ਜਿਹੜੀਆਂ ਪੋਸੀਬਲ ਨਹੀਂ ਆ ਕੈਨੇਡਾ ਦੇ ਵਿੱਚ ਜਾਂ ਨਾਰਥ ਅਮਰੀਕਾ ਦੇ ਵਿੱਚ ਇਹ ਚੀਜ਼ਾਂ ਟੋਟਲੀ ਇਲੀਗਲ ਨੇ ਐਂਡ ਨਹੀਂ ਹੋ ਸਕਦੀਆਂ ਬਟ ਅਗਰ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਤੇ ਉਹ ਤੁਸੀਂ ਰਾਈਟ ਅਵੇ ਆਪਣੀ ਟੈਲੀਕਮ ਕੰਪਨੀ ਨੂੰ ਆਪਣੇ ਸੈੱਲ ਫੋਨ ਕੰਪਨੀ ਨੂੰ ਤੁਸੀਂ ਰਾਈਟ ਅਵੇ ਰਿਪੋਰਟ ਕਰੋ ਕਿ ਤੁਹਾਡਾ ਇਸ ਤਰ੍ਹਾਂ ਨੰਬਰ ਜਿਹੜਾ ਉਹ ਕਿਤੇ ਮਿਸਯੂਜ਼ ਹੋ ਰਿਹਾ ਐਂਡ ਇਮੀਡੀਏਟਲੀ ਟ੍ਰਾਈ ਟੂ ਚੇਂਜ ਯੂਰ ਨੰਬਰ ਐਂਡ ਰਿਪੋਰਟ ਇਟ ਟੂ ਪੁਲਿਸ ਮੈਂ ਅਗਲੇ ਸਵਾਲ ਵੱਲ ਬਾਤ ਚਾਹੁੰਦਾ ਪਹਿਲਾਂ ਮੈਨੂੰ ਇਹ ਥੋੜਾ ਦੱਸਿਓ ਕਿ ਇਹਦੇ ਸਕੈਮਰਸ ਨੇ ਇਹ ਕੈਨੇਡਾ ਵਿੱਚ ਬੈਠ ਕੇ ਹੀ ਕਰਦੇ ਆ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਤੁਹਾਨੂੰ ਠੱਗਿਆ ਜਾ ਸਕਦਾ ਅ ਐਂਡ ਮੋਸਟ ਕੇਸਸ ਜਿਹੜੇ ਸਕੈਮਰਸ ਨੇ ਉਹ ਕੈਨੇਡਾ ਦੇ ਵਿੱਚ ਨਹੀਂ ਹੁੰਦੇ ਅੱਛਾ ਜੀ ਉਹ ਦੂਸਰੇ ਕੰਟਰੀਜ਼ ਦੇ ਵਿੱਚ ਹੁੰਦੇ ਨੇ ਜਿਦਾ ਕਿ ਇੱਕ ਐਗਜ਼ਾਮਪਲ ਦੇਣਾ ਕਿ ਸੀਆਰਏ ਦਾ ਜਿਹੜਾ ਸਕੈਮ ਓਪਨ ਹੋਇਆ ਸੀਗਾ ਉਹਦੇ ਵਿੱਚ ਕਾਫੀ ਸਾਰੇ ਜਿਹੜੇ ਕਾਲ ਸੈਂਟਰਸ ਜਿਹੜੇ ਸੀਗੇ ਉਹ ਏਸ਼ੀਅਨ ਕੰਟਰੀਜ਼ ਦੇ ਵਿੱਚੋਂ ਫੜੇ ਗਏ ਸੀਗੇ ਰਾਈਟ ਕਿਸੇ ਕੰਟਰੀ ਚ ਨਹੀਂ ਮੈਂ ਕਹਿ ਸਕਦਾ ਉਹ ਕਿਸੇ ਵੀ ਕੰਟਰੀ ਚ ਕਿਉਂਕਿ ਸਕੈਮਰਸ ਦੀ ਲੋਕੇਸ਼ਨ ਜਿਹੜੀ ਹੈ ਉਹ ਕਿਤੇ ਵੀ ਹੋ ਸਕਦੀ ਹੈ ਐਂਡ ਤੁਸੀਂ ਦੇਖ ਸਕਦੇ ਹੋ ਕਿ ਜਿੰਨਾ ਕੰਟਰੀਜ਼ ਦੇ ਵਿੱਚ ਮੋਸਟਲੀ ਸਾਡੇ ਇੰਟਰਨੈਸ਼ਨਲ ਕਾਲ ਸੈਂਟਰਸ ਚੱਲ ਰਹੇ ਨੇ ਡਿਫਰੈਂਟ ਡਿਫਰੈਂਟ ਕੰਪਨੀਆਂਜ਼ ਦੇ ਸੋ ਉੱਥੇ ਇਦਾਂ ਦੇ ਜਿਹੜੇ ਸਕੈਮਰਸ ਜਿਹੜੇ ਨੇ ਉਹ ਆਪਣਾ ਸੈਟਅਪ ਕਰਕੇ ਬੈਠੇ ਹੋਏ ਨੇ ਐਂਡ ਪਿਛਲੇ ਸਾਲ ਕਾਫੀ ਵੱਡੀ ਕਾਮਯਾਬੀ ਵੀ ਇੱਕ ਮਿਲੀ ਸੀਗੀ ਜਿਹਦੇ ਵਿੱਚ ਕੈਨੇਡੀਅਨ ਅਮ ਪੁਲਿਸ ਦੇ ਨਾਲ ਮਿਲ ਕੇ RCMP ਦੇ ਨਾਲ ਮਿਲ ਕੇ ਉਥੋਂ ਦੀ ਜਿਹੜੀ ਲੋਕਲ ਪੁਲਿਸ ਨੇ ਕਾਫੀ ਇੱਕ ਵੱਡਾ ਕਾਲ ਸੈਂਟਰ ਜਿਹੜਾ ਉਹਨੂੰ ਬਸਟ ਕੀਤਾ ਸੀਗਾ ਐਂਡ ਕਾਫੀ ਸਾਰੇ ਉਥੋਂ ਦੇ EMPLOYEES ਐਂਡ ਜਿਹੜੇ ਜਿਹੜੇ ਉਹਨਾਂ ਦੇ ਮੈਨੇਜਰਸ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਇੱਕ ਕੈਨੇਡਾ ਵਿੱਚ ਵੀ ਇਹ ਜ਼ਿਕਰ ਹੋ ਰਿਹਾ ਸੀਗਾ ਕਿ ਕਾਫੀ ਵੱਡੀ ਇਨਵੈਸਟਮੈਂਟ ਕੀਤੀ ਜਾਣੀ ਹੈ ਕਿ ਇਹਨਾਂ ਸਕੈਮਸ ਨੂੰ ਰੋਕਣ ਵਾਸਤੇ ਇਸ ਵਕਤ ਸਿਚੁਏਸ਼ਨ ਕੀ ਹੈ ਕੈਨੇਡਾ ਦੇ ਵਿੱਚ ਕਿ ਇਹਨਾਂ ਸਕੈਮਰਜ਼ ਰੋਕਣ ਵਾਸਤੇ ਕੀ ਕੀ ਹੋ ਰਿਹਾ ਹੈ ਅਹ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਫੈਡਰਲ ਲੈਵਲ ਤੇ ਫੈਡਰਲ ਗਵਰਨਮੈਂਟ ਦੇ ਕਈ ਪ੍ਰੋਜੈਕਟਸ ਹੋ ਸਕਦੇ ਨੇ ਜਿਨ੍ਹਾਂ ਬਾਰੇ ਮੇਰੇ ਕੋਲ ਇਸ ਟਾਈਮ ਪੂਰੀ ਇਨਫੋਰਮੇਸ਼ਨ ਹੈ ਨਹੀਂ ਹੈ ਅਹ ਬਟ ਅਸੀਂ ਲੋਕਲ ਲੈਵਲ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅ ਜਦੋਂ ਵੀ ਸਾਨੂੰ ਕੋਈ ਇਸ ਤਰ੍ਹਾਂ ਦੀਆਂ ਰਿਪੋਰਟਸ ਆਉਂਦੀਆਂ ਨੇ ਤੇ ਅਸੀਂ ਲੋਕਲ ਲੈਵਲ ਤੇ ਕੈਂਪੇਨਸ ਵੀ ਚਲਾਉਂਦੇ ਆ ਲੋਕਲ ਲੈਵਲ ਤੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਲੋਕਾਂ ਨੂੰ ਵਾਤੋ-ਵਾਤ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਇਦਾਂ ਦੇ ਸਕੈਮਸ ਦੇ ਧੋਖੇ ਵਿੱਚ ਨਾ ਆਉਣ ਤੇ ਜਿਸ ਤਰ੍ਹਾਂ ਹੁਣ ਤੁਹਾਡੇ ਟੀਵੀ ਚੈਨਲਸ ਦੇ ਥਰੂ ਜਾਂ ਜਿਹੜੇ ਐਫਐਮ ਰੇਡੀਓਸ ਨੇ ਉਹਨਾਂ ਦੇ ਥਰੂ ਅਸੀਂ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਟਾਈਮ ਟੂ ਟਾਈਮ ਜੀ 13 ਜੂਨ ਨੂੰ ਕਲਕੱਤੀ ਦੇ ਨਾਰਥ-ਈਸਟ ਇਲਾਕੇ ਦੇ ਵਿੱਚ ਜਾਂ ਹੋਰ ਕੁਝ ਇਲਾਕਿਆਂ ਦੇ ਵਿੱਚ ਗੜੇਮਾਰੀ ਹੁੰਦੀ ਹੈ ਭਾਰੀ ਗੜੇਮਾਰੀ ਲੋਕਾਂ ਦਾ ਨੁਕਸਾਨ ਹੁੰਦਾ ਹਾਂਜੀ ਉਸ ਤੋਂ ਬਾਅਦ ਵੀ ਲੋਕ ਇੱਕਦਮ ਕਾਲਸ ਆਉਣੀ ਸ਼ੁਰੂ ਹੋ ਗਈਆਂ ਲੋਕਾਂ ਨੂੰ ਕਿਹੜੀਆਂ ਕਾਲਸ ਆ ਰਹੀਆਂ ਨੇ ਤੇ ਉਹਦੇ ਵਿੱਚ ਲੋਕ ਕਿਦਾਂ ਫਸ ਰਹੇ ਆ ਅ ਦੇਖੋ ਜਿਹੜੇ ਫਰਾਡਸਟਰਸ ਨੇ ਜਾਂ ਸਕੈਮਰਸ ਨੇ ਉਹ ਹਰ ਇੱਕ ਸਿਚੁਏਸ਼ਨ ਨੂੰ ਹਰ ਇੱਕ ਇਨਸੀਡੈਂਟ ਨੂੰ ਇੱਕ ਓਪਰਚ्युनिटी ਸਮਝ ਕੇ ਚੱਲਦੇ ਆ ਜੀ ਐਂਡ ਆਬਵੀਅਸਲੀ ਕਮਿਊਨਿਟੀ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਕਾਫੀ ਵੱਡੇ ਲੈਵਲ ਤੇ ਹੋਇਆ ਤੇ ਕਾਫੀ ਲੋਕ ਪੈਨਿਕ ਦੇ ਵਿੱਚ ਵੀ ਸੀਗੇ ਜੀ ਇਹ ਵੀ ਦੇਖਣ ਨੂੰ ਤੇ ਸੁਣਨ ਨੂੰ ਮਿਲਿਆ ਕਿ ਕਾਫੀ ਲੋਕਾਂ ਦੇ ਕੋਲ ਸ਼ਾਇਦ ਇੰਸ਼ੋਰੈਂਸਸ ਨਹੀਂ ਸੀਗੀਆਂ ਜਾਂ ਉਹਨਾਂ ਦੀ ਇੰਸ਼ੋਰੈਂਸ ਜਿਹੜੀਆਂ ਸੀਗੀਆਂ ਉਸ ਕਵਰੇਜ ਲੈਵਲ ਦੀਆਂ ਨਹੀਂ ਸੀਗੀਆਂ ਜਿਹੜੇ ਥਰਡ ਪਾਰਟੀ ਸੀ ਬਹੁਤ ਸਾਰੇ ਦੀਆਂ ਜੀ ਤੇ ਉਸ ਟਾਈਮ ਦੇ ਵਿੱਚ ਜਿਹੜੇ ਸਕੈਮਰਸ ਨੇ ਜਾਂ ਜਿਨ੍ਹਾਂ ਨੂੰ ਫਲਾਈ ਬਾਈ ਕੰਟਰੈਕਟਰਸ ਅਸੀਂ ਕਹਿ ਦਿੰਦੇ ਆ ਜੀ ਉਹ ਲੋਕ ਲੋਕਾਂ ਦੇ ਕੋਲ ਜਾਂਦੇ ਨੇ ਡੋਰ ਟੂ ਡੋਰ ਜਾਂਦੇ ਨੇ ਐਂਡ ਉਹਨਾਂ ਨੂੰ ਜਾ ਕੇ ਲਾਲਚ ਦਿੰਦੇ ਨੇ ਕਿ ਇੰਸ਼ੋਰੈਂਸ ਕੰਪਨੀ ਦੇ ਥਰੂ ਜਾਂ ਕਿਸੇ ਵੀ ਤੁਸੀਂ ਵੱਡੀ ਕੰਪਨੀ ਦੇ ਥਰੂ ਅਗਰ ਤੁਸੀਂ ਜਾਓਗੇ ਤੇ ਉਹ ਤੁਹਾਡਾ ਇਨਾ ਐਸਟੀਮੇਟ ਬਣੇਗਾ ਉਹ ਇੱਕ ਤਰ੍ਹਾਂ ਦਾ ਲੋ ਐਸਟੀਮੇਟ ਦੇ ਕੇ ਉਹਨਾਂ ਨੂੰ ਉਹਨਾਂ ਨੂੰ ਫਸਾਉਂਦੇ ਨੇ ਉਹਨਾਂ ਨੂੰ ਲਾਲਚ ਦਿੰਦੇ ਆ ਐਂਡ ਫਿਰ ਇੱਕ ਐਡਵਾਂਸ ਦੇ ਨਾਂ ਤੇ ਉਹਨਾਂ ਕੋਲ ਉਹਨਾਂ ਕੋਲੋਂ ਥੋੜਾ ਅਮਾਉਂਟ ਜਿਹੜਾ ਬੁਕਿੰਗ ਅਮਾਉਂਟ ਜਿਹਨੂੰ ਕਹ ਦਿੰਦੇ ਆ ਉਹ ਲੈ ਲੈਂਦੇ ਆ ਐਂਡ ਦੇ ਨਵਰ ਸ਼ੋਅ ਅਪ ਉਹ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਲੋਕਾਂ ਨੂੰ ਫੁਲੀ ਅਵੇਅਰ ਹੋਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੇ ਫਲਾਈ ਬਾਏ ਕਸਟਮਰ ਦੇ ਚਾਂਸੇ 'ਚ ਨਾ ਹੋਣ ਹਮੇਸ਼ਾ ਜਦੋਂ ਵੀ ਤੁਸੀਂ ਕਿਸੇ ਕੰਟਰੈਕਟਰ ਦੇ ਨਾਲ ਡੀਲ ਕਰਨਾ ਸਭ ਤੋਂ ਪਹਿਲਾਂ ਉਹਨਾਂ ਦਾ ਕੰਪਨੀ ਦਾ ਜਿਹੜਾ ਲਾਇਸੈਂਸ ਹੈ ਉਹ ਚੈੱਕ ਕਰੋ ਜਿੰਨੇ ਵੀ ਕੰਟਰੈਕਟਰਸ ਨੇ ਉਹਨਾਂ ਦੇ ਕੋਲ ਆਪਣੀ ਰਜਿਸਟਰਡ ਕੰਪਨੀਆਂ ਹੁੰਦੀਆਂ ਨੇ ਉਹਨਾਂ ਦੇ ਕੋਲ ਆਪਣਾ ਕੰਟਰੈਕਟਿੰਗ ਦਾ ਲਾਇਸੈਂਸ ਹੁੰਦੇ ਨੇ ਉਹਨਾਂ ਦੀ ਇਨਫੋਰਮੇਸ਼ਨ ਲਾਓ ਉਹਨਾਂ ਦੀ ਜਿਹੜੀ ਲੋਕੇਸ਼ਨ ਆਫਿਸ ਲੋਕੇਸ਼ਨ ਹੈ ਉਹਦਾ ਪਤਾ ਕਰੋ ਐਂਡ ਡੂ ਰੈਫਰੈਂਸ ਚੈਕਸ ਜੀ ਬਿਫੋਰ ギਵਿੰਗ ਐਨੀ ਐਡਵਾਂਸ ਟੂ ਐਨੀਵਨ ਜਸਪੀ ਜੀ ਇੱਕ ਅੱਜ ਕੱਲ ਚੱਲਦਾ ਬਿਟਕੋਇਨ ਬਹੁਤ ساری ਦੁਨੀਆ ਕਹਿੰਦੇ ਉਹਦੇ ਵਿੱਚ ਇਨਵੈਸਟ ਕਰਦੀ ਉਥੋਂ ਕਮਾਈ ਵੀ ਬਹੁਤ ਮੋਟੀ ਕਰਦੀ ਏ ਪਰ ਇਹਦੇ ਵਿੱਚ ਲੋਕ ਫਸ ਵੀ ਬਹੁਤ ਜ਼ਿਆਦਾ ਰਹੇ ਆ ਪਹਿਲਾਂ ਤੇ ਬਿਟਕੋਇਨ ਦੱਸਿਓ ਕੀ ਹੈ ਤੇ ਇਹਦੇ ਵਿੱਚ ਕਿਵੇਂ ਫਸ ਜਾਂਦੇ ਲੋਕ ਅਮਨੀਤ ਜੀ ਬਿਟਕੋਇਨ ਇੱਕ ਤਰ੍ਹਾਂ ਦੀ ਕ੍ਰਿਪਟੋ ਕਰੰਸੀ ਆ ਜਿੰਨੂੰ ਅਸੀਂ ਡਿਜੀਟਲ ਕਰੰਸੀ ਵੀ ਕਹਿ ਸਕਦੇ ਆ ਜੀ ਆ ਇਹ ਕੋਈ 2008 2009 ਦੇ ਵਿੱਚ ਸਟਾਰਟ ਹੋਈ ਸੀਗੀ ਅ ਐਂਡ ਇਹਦਾ ਮੇਨ ਇਸ ਬਿਟਕੋਇਨ ਕਰੰਸੀ ਚੱਲਣ ਦਾ ਮੇਨ ਪਿੱਛੇ ਕਨਸੈਪਟ ਸੀਗਾ ਕਿ ਜਿਹਦੇ ਚ ਤੁਸੀਂ ਥਰਡ ਪਾਰਟੀ ਮੀਡੀਏਟਰਸ ਜਿਹੜੇ ਨੇ ਉਹਨਾਂ ਨੂੰ ਸਾਈਡਲਾਈਨ ਕਰਨਾ ਕਿ ਅਗਰ ਮੈਂ ਤੁਹਾਡੇ ਨਾਲ ਕੋਈ ਟ੍ਰਾਂਜ਼ੈਕਸ਼ਨ ਕਰ ਰਿਹਾ ਅਗਰ ਮੈਂ ਤੁਹਾਨੂੰ ਕੋਈ ਟ੍ਰਾਂਸਫਰ ਕਰ ਰਿਹਾ ਜਾਂ ਤੁਸੀਂ ਮੈਨੂੰ ਕਰ ਰਹੇ ਹੋ ਤੇ ਸਾਨੂੰ ਕਿਸੇ ਬੈਂਕ ਦੀ ਲੋੜ ਨਹੀਂ ਜੀ ਸੋ ਇਹ ਇੱਕ ਤਰ੍ਹਾਂ ਦਾ ਕਨਸੈਪਟ ਸੀਗਾ ਜਿਹੜਾ ਇੰਟਰੋਡਿਊਸ ਕੀਤਾ ਜਾ ਗਿਆ ਸੀਗਾ ਕਿ ਜਿਹਦੇ ਵਿੱਚ ਤੁਸੀਂ ਡਾਇਰੈਕਟ ਤੁਸੀਂ ਕਿਸੇ ਨਾਲ ट्रांजैक्शन ਡੀਲ ਕਰ ਸਕਦੇ ਹੋ ਐਂਡ ਬਿਟਕੋਇਨ ਇੱਕ ਐਹੋ ਜੀ ਕਰੰਸੀ ਆ ਜਿਹਦਾ ਕੋਈ ਜਿਹਦੀ ਕੋਈ ਫਿਜ਼ੀਕਲ ਵੈਲਿਊ ਨਹੀਂ ਆ ਰਾਈਟ ਇਟਸ ਇਟਸ ਅ ਕਾਈਂਡ ਆਫ ਕੰਪਿਊਟਰ ਫਾਈਲ ਐਂਡ ਜਿਹਦੇ ਪਿੱਛੇ ਕੋਡਸ ਹੁੰਦੇ ਨੇ ਜਿਹਦੇ ਪਿੱਛੇ ਜਿਹਦੇ ट्रांजैक्शंस ਜਿਹੜੀਆਂ ਨੇ ਉਹ ਕੋਡਸ ਦੇ ਨਾਲ ਚੱਲਦੀਆਂ ਨੇ ਰਾਈਟ ਬਹੁਤ ਥੋੜੀ ਕੀਮਤ ਦੇ ਨਾਲ ਸ਼ੁਰੂ ਹੋਈਆਂ ਸੀਗੀਆਂ ਤੇ ਇਹਨਾਂ ਦੀ ਇੱਕ ਬਿਟਕੋਇਨ ਦੀ ਕੀਮਤ ਅੱਜ ਦੀ ਡੇਟ ਦੇ ਵਿੱਚ ਹਜ਼ਾਰਾਂ ਡਾਲਰ ਦੇ ਵਿੱਚ ਬਣ ਚੁੱਕੀ ਆ ਪਰ ਇਹਨੂੰ ਅ ਇਹਨੂੰ ਅਸੀਂ ਕਿਸੇ ਵੀ ਆਥੈਂਟਿਕ ਕਰੰਸੀ ਦੇ ਨਾਲ ਮੈਚ ਨਹੀਂ ਕਰ ਸਕਦੇ ਜਿੱਦਾਂ ਕਨਵਰਟ ਵੀ ਨਹੀਂ ਕਰ ਸਕਦੇ ਅ ਦੇਖੋ ਇਸ ਟਾਈਮ ਬਿਟਕੋਇਨ ਏਟੀਐਮਸ ਹਰ ਸ਼ੇਅਰ ਦੇ ਵਿੱਚ ਲੱਗੇ ਹੋਏ ਨੇ ਜੀ ਐਂਡ ਲੋਕੀ ट्रांजੈਕਸ਼ਨਸ ਕਰਦੇ ਨੇ ਇਹਦੇ ਵਿੱਚ ਇਹਦੇ ਚੈੱਕ ਕੀ ਤੁਸੀਂ ਜਿਸ ਤਰ੍ਹਾਂ ਬੁਕਿੰਗਸ ਕਰਦੇ ਹੋ ਕਈ ਵਾਰ ਲੋਕੀ ਇਨਵੈਸਟਮੈਂਟਸ ਵੀ ਕਰਦੇ ਨੇ ਬੁਕਿੰਗਸ ਵੀ ਕਰਦੇ ਨੇ ਟਰੈਵਲ ਬੁਕਿੰਗਸ ਕਰਦੇ ਨੇ 에어ਲਾਈਨ ਬੁਕਿੰਗਸ ਕਰਦੇ ਨੇ ਉਹਦੇ ਚ ਉਹ ਬਿਟਕੋਇਨ ਨੂੰ ਯੂਜ਼ ਕਰਦੇ ਆ ਪਰ ਬਿਟਕੋਇਨ ਕਰੰਸੀ ਨੂੰ ਯੂਜ਼ ਕਰਨ ਤੋਂ ਪਹਿਲੇ ਸਭ ਤੋਂ ਪਹਿਲੇ ਤਾਂ ਲੋਕਾਂ ਨੂੰ ਉਸ ਉਸ ਬਾਰੇ ਪੂਰੀ ਤਰ੍ਹਾਂ ਦੀ ਇਨਫੋਰਮੇਸ਼ਨ ਹੋਣੀ ਚਾਹੀਦੀ ਆ। ਜੀ। ਰਾਈਟ? ਅ ਅਗਰ ਬੈਂਕਸ ਬਣੇ ਹੋਏ ਨੇ ਤੇ ਉਹ ਦਾ ਕੋਈ ਰੀਜ਼ਨ ਆ ਕਿ ਤੁਹਾਡੀਆਂ ਜਿਹੜੀਆਂ ਟਰਾਂਜੈਕਸ਼ਨਸ ਨੇ ਉਹ ਟਰੈਕ ਹੁੰਦੀਆਂ ਨੇ। ਜਦੋਂ ਅਸੀਂ ਇੱਕ ਵਿੱਚੋਂ ਬੈਂਕ ਨੂੰ ਖਤਮ ਕਰ ਦਿੰਨੇ ਆ ਜਾਂ ਜਿਹੜੀ ਫਾਈਨੈਂਸ਼ੀਅਲ ਇੰਸਟੀਚਿਊਟ ਨੂੰ ਵਿੱਚੋਂ ਸਾਈਡਲਾਈਨ ਕਰ ਦਿੰਨੇ ਆ ਤੇ ਉਹ ਟਰਾਂਜੈਕਸ਼ਨ ਜਿਹੜੀਆਂ ਨੇ ਉਹ ਟਰੈਕ ਨਹੀਂ ਹੁੰਦੀਆਂ। ਜੀ। ਤੋ ਕਾਫੀ ਸਾਰੀਆਂ ਕ੍ਰਿਮੀਨਲ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਬਿਟਕੋਇਨ ਨੂੰ ਐਜ਼ ਅ ਟ੍ਰਾਂਜ਼ੈਕਸ਼ਨ ਜਿਹੜੀਆਂ ਨੇ ਅੱਜਕੱਲ ਯੂਜ਼ ਕਰ ਰਹੀਆਂ ਨੇ ਕਿਉਂਕਿ ਉਹ ਉਹਨਾਂ ਦੀ ਬੈਂਕਾਂ ਦੇ ਵਿੱਚੋਂ ਟਰੈਕਿੰਗ ਜਿਹੜੀ ਆ ਉਹ ਨਹੀਂ ਹੋ ਸਕਦੀ ਜੀ ਤੇ ਇਹ ਜਦੋਂ ਇੱਕ ਦੇ ਹੋ ਗਿਆ ਕਿ ਕ੍ਰਿਮੀਨਲ ਨੇ ਇੱਕ ਜਿਹੜੇ ਆਮ ਲੋਕ ਨੇ ਉਹ ਵੀ ਚਾਹੁੰਦੇ ਨੇ ਕਿ ਅਸੀਂ ਸਾਨੂੰ ਕੁਝ ਪ੍ਰੋਫਿਟ ਹੋਵੇ ਕੁਝ ਕਿਤੋਂ ਅਸੀਂ ਕਮਾਈ ਕਰ ਲਈਏ ਉਹ ਵੀ ਇਸ ਬਿਟਕੋਇਨ ਵਾਲੇ ਚੱਕਰ ਚ ਫਸ ਜਾਂਦੇ ਨੇ ਕਿਸੇ ਨਾ ਕਿਸੇ ਢੰਗ ਨਾਲ ਕਈ ਵਾਰੀ ਇਸ ਖਬਰਾਂ ਸਾਹਮਣੇ ਆਉਂਦੀਆਂ ਨੇ ਇਹਨਾਂ ਲੋਕਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਉਹਦੇ ਚ ਦੋ ਤਿੰਨ ਚੀਜ਼ਾਂ ਨੇ ਸਭ ਤੋਂ ਪਹਿਲੇ ਕਿ ਜਿਹੜੇ ਤਾਂ ਲੋਕ ਬਿਟਕੋਇਨ ਜਾਂ ਕ੍ਰਿਪਟੋ ਕਰੰਸੀ ਵਾਸਤੇ ਇੰਟਰਸਟਿਡ ਨੇ ਕਿਉਂਕਿ ਕਰੀਬਨ ਕੋਈ 2000 ਦੇ ਕਰੀਬ ਡਿਫਰੈਂਟ ਕ੍ਰਿਪਟੋ ਕਰੰਸੀਜ਼ ਨੇ ਜਿਹੜੀਆਂ ਪੂਰੇ ਵਰਲਡ ਚ ਸਰਕੂਲੇਟ ਹੋ ਰਹੀਆਂ ਨੇ ਡਿਫਰੈਂਟ ਡਿਫਰੈਂਟ ਨਾਮ ਦੇ ਉੱਤੇ ਅ ਕਿਸੇ ਵੀ ਤਰ੍ਹਾਂ ਦੀ ਕੋਈ ਇਨਵੈਸਟਮੈਂਟ ਕਰਨ ਤੋਂ ਪਹਿਲੇ ਤੁਸੀਂ ਆਪਣੇ ਅਕਾਊਂਟੈਂਟ ਤੁਸੀਂ ਆਪਣੇ ਅ financial advisor ਜਾਂ ਤੁਸੀਂ ਆਪਣੇ financial institute ਦੇ ਨਾਲ ਜਾ ਕੇ ਪਹਿਲੇ ਸਲਾਹ ਕਰੋ ਕਿਉਂਕਿ ਉਹ financial experts ਨੇ ਉਹ ਤੁਹਾਨੂੰ ਇਸ ਬਾਰੇ ਪੂਰੀ ਤਰ੍ਹਾਂ ਇਨਫੋਰਮੇਸ਼ਨ ਦੇ ਸਕਦੇ ਆ ਕਿ ਉਹ ਸੇਫ ਹੈ ਜਾਂ ਨਹੀਂ ਹੈ ਜੀ ਦੂਸਰੀ ਚੀਜ਼ ਲੋਕ ਕਿਸ ਤਰ੍ਹਾਂ ਫਸਦੇ ਨੇ ਇਸ ਤਰ੍ਹਾਂ ਦੇ ਬਿਟਕੋਇਨ ट्रांजैक्शंस ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਉਹ ਇਨਵੈਸਟਮੈਂਟ ਹੋਵੇ ਅ ਕਈ ਵਾਰ ਅਸੀਂ ਇਹ ਦੇਖਿਆ ਕਿ ਅ ਅੱਜਕੱਲ ਸਾਡੇ ਯੰਗਸਟਰ ਜਿਹੜੇ ਨੇ ਉਹ ਆਨਲਾਈਨ ਜੌਬਸ ਵਗੈਰਾ ਸਰਚ ਕਰਦੇ ਆ ਜੀ ਕਈ ਵਾਰ ਉਹਨਾਂ ਨੂੰ ਫੇਕ ਜੌਬ ਆਫਰਸ ਆਉਂਦੀਆਂ ਨੇ ਐਂਡ ਉਹਦੇ ਵਿੱਚ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਆ ਕਿ ਤੁਹਾਨੂੰ ਅਸੀਂ ਆਨਲਾਈਨ ਟ੍ਰੇਨਿੰਗ ਦੇਵਾਂਗੇ ਅੱਛਾ ਜੀ ਜਦੋਂ ਤੁਸੀਂ ਉਹਨਾਂ ਦੇ ਨਾਲ ਸਾਈਨ ਅਪ ਕਰ ਲੈਂਦੇ ਹੋ ਉਹ ਤੁਹਾਨੂੰ ਤੁਹਾਡੇ ਕੋਲੋਂ ਤੁਹਾਡੀ ਬੈਂਕਿੰਗ ਇਨਫੋਰਮੇਸ਼ਨ ਐਸੇ ਮਾਨੇ ਨਾਲ ਲੈ ਲੈਂਦੇ ਨੇ ਕਿ ਤੁਹਾਨੂੰ ਅਸੀਂ ਜਿਹੜੀ ਪੇ ਟ੍ਰਾਂਸਫਰ ਕਰਨੀ ਆ ਜਾਂ ਕਿਸ ਤਰ੍ਹਾਂ ਵਾਂਸ ਦੇ ਹੈਵ ਯੋਰ ਬੈਂਕਿੰਗ ਇਨਫੋਰਮੇਸ਼ਨ ਉਹ ਤੁਹਾਨੂੰ ਟ੍ਰੇਨਿੰਗ ਦੇ ਨਾਂ ਤੇ ਕਈ ਵਾਰ ਕੁਝ ਬਣੀ ਜਿਹੜੀ ਆ ਉਹ ਟ੍ਰਾਂਸਫਰ ਕਰਦੇ ਆ ਕੋਈ ਵੀ ਅਮਾਉਂਟ ਹੋ ਸਕਦਾ 2000 3000 ਡਾਲਰ ਜਾਂ ਇਸ ਤੋਂ ਵੱਧ ਵੀ ਹੋ ਸਕਦਾ ਐਂਡ ਉਹ ਤੁਹਾਨੂੰ ਇਸ ਚੀਜ਼ ਦਾ ਲਾਲਚ ਦਿੰਦੇ ਆ ਕਿ ਇਹ ਇੱਕ ਤੁਹਾਡੀ ਟ੍ਰੇਨਿੰਗ ਦਾ ਹਿੱਸਾ ਤੇ ਜਿਹੜੇ ਜਿਹੜੀ ਮਨੀ ਉਹਨਾਂ ਨੂੰ ਟ੍ਰਾਂਸਫਰ ਹੋ ਰਹੀ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਉਹਦੀ ਪਰਸੈਂਟੇਜ ਰੱਖਣ ਦਾ ਇੱਕ ਲਾਲਚ ਦੇ ਦਿੰਦੇ ਆ ਕਿ ਅਗਰ ਕੋਈ 3000 ਡਾਲਰ ਕੋਈ ਟ੍ਰਾਂਸਫਰ ਕਰ ਰਿਹਾ ਤੇ ਉਹਨੂੰ ਕਹਿ ਦਿੰਦੇ ਆ ਕਿ ਇਹਦੇ ਵਿੱਚੋਂ ਤੁਸੀਂ 100 ਡਾਲਰ ਆਪਣੇ ਅਕਾਊਂਟ 'ਚ ਰੱਖ ਕੇ ਤੇ ਬਾਕੀ ਦਾ ਪੈਸਾ ਜਿਹੜਾ ਆ ਅ ਕਿਸੇ ਬਿਟ ਬਿਟਕੋਇਨ ਏਟੀਐਮ ਲੋਕੇਸ਼ਨ ਤੇ ਜਾ ਕੇ ਉਹਨਾਂ ਨੂੰ ਇੱਕ ਕੋਡ ਦੇ ਦਿੰਦੇ ਨੇ ਤੇ ਕੋਡ ਦੇ ਨਾਂ ਤੇ ਉਹ ਟ੍ਰਾਂਸਫਰ ਕਰ ਦਿੰਦੇ ਆ ਅੱਛਾ ਜੀ ਸੋ ਇਸ ਤਰ੍ਹਾਂ ਦੇ ਜਦੋਂ ਵੀ ਇਨਸੀਡੈਂਟਸ ਹੁੰਦੇ ਨੇ ਮੋਸਟ ਆਫ ਦਾ ਟਾਈਮ ਦੇ ਆ ਫਰਾਡਸ ਰਾਈਟ ਉਹਦੇ ਵਿੱਚ ਇੱਕ ਤਾਂ ਇਹ ਹੈ ਕਿ ਅ ਜਦੋਂ ਤੁਸੀਂ ਟ੍ਰਾਂਸਫਰ ਕਰਦੇ ਹੋ ਤੇ ਉਹ ਤੁਹਾਡਾ ਅਕਾਊਂਟ ਜਿਹੜਾ ਰਾਈਟ ਅਵੇ ਤੁਹਾਡੇ ਫਾਈਨੈਂਸ਼ੀਅਲ ਇੰਸਟੀਟਿਊਟ ਤੇ ਫਲੈਗ ਹੋ ਜਾਂਦਾ ਜੀ ਉਹਦੇ ਤੇ ਰੈੱਡ ਫਲੈਗ ਆ ਜਾਂਦਾ ਕਿ ਬਿਟਕੋਇਨ ਕਰੰਸੀ ਦੇ ਵਿੱਚ ਟ੍ਰਾਂਸਫਰ ਹੋ ਰਹੀ ਆ પણ ਉਹਦਾ ਜਿਹੜਾ ਡੈਸਟੀਨੇਸ਼ਨ ਪੁਆਇੰਟ ਆ ਉਹਦੇ ਤੇ ਫਾਈਨੈਂਸ਼ੀਅਲ ਇੰਸਟੀਟਿਊਟ ਤੇ ਨਹੀਂ ਆਉਂਦਾ রাইਟ ਉਹਦੀ ਟਰੈਕਿੰਗ ਨਹੀਂ ਹੁੰਦੀ ਸਿਰਫ ਇਨੀ ਟਰੈਕਿੰਗ ਹੋ ਜਾਂਦੀ ਹੈ ਕਿ ਹਾਂ ਤੁਸੀਂ ਕਿਹੜੀ ਲੋਕੇਸ਼ਨ ਤੇ ਜਾ ਕੇ ਉਹ ਪੈਸਾ ਟਰਾਂਸਫਰ ਕੀਤਾ ਤੇ ਆਪਣੇ ਅਕਾਊਂਟ ਦੇ ਵਿੱਚੋਂ ਕੀਤਾ ਬਟ ਉਹ ਪੈਸਾ ਇਵੈਂਚੁਅਲੀ ਪਹੁੰਚਿਆ ਕਿੱਥੇ ਉਹਦੇ ਬਾਰੇ ਕੁਛ ਨਹੀਂ ਉਹਦੇ ਬਾਰੇ ਕੁਛ ਨਹੀਂ ਪਤਾ ਜੀ ਸੋ ਇੰਨਾਂ ਚੀਜ਼ਾਂ ਤੇ ਤੋਂ ਮੈਂ ਲੋਕਾਂ ਨੂੰ ਜਰੂਰ ਸਾਵਧਨ ਕਰਨਾ ਚਾਹੂੰਗਾ ਕਿ ਇਸ ਤਰ੍ਹਾਂ ਦੇ ਕਿਸੇ ਕਿਸੇ ਵੀ ਤਰ੍ਹਾਂ ਦੇ ਲਾਲਚ ਦੇ ਵਿੱਚ ਨਾ ਫਸਣ ਐਂਡ ਆਪਣੇ ਫਾਈਨੈਂਸ਼ੀਅਲ ਇੰਸਟੀਟਿਊਟ ਦੇ ਕੋਲ ਜਾ ਕੇ ਕਿਸੇ ਵੀ ਤਰ੍ਹਾਂ ਦੀ ਟ੍ਰਾਂਜੈਕਸ਼ਨ ਜਾਂ ਟ੍ਰਾਂਸਫਰ ਕਰਨ ਤੋਂ ਪਹਿਲੇ ਤੁਸੀਂ ਉਹਨਾਂ ਦੇ ਕੋਲੋਂ ਵੈਰੀਫਾਈ ਕਰੋ ਐਂਡ ਮੋਸਟ ਆਫ ਦਾ ਕੇਸਸ ਦੇ ਵਿੱਚ ਕਈ ਵਾਰੀ ਜਾਣੇ ਅਣਜਾਣੇ ਚ ਜਦੋਂ ਲੋਕ ਟ੍ਰਾਂਸਫਰ ਕਰ ਦਿੰਦੇ ਨੇ ਤੇ ਉਹਨਾਂ ਦੇ ਅਕਾਊਂਟਸ ਬਲੌਕ ਹੋ ਜਾਂਦੇ ਆ ਐਂਡ ਕਈ ਲੋਕ ਪੈਨਿਕ ਚ ਆ ਜਾਂਦੇ ਨੇ ਕਿ ਸ਼ਾਇਦ ਉਹਨਾਂ ਦੇ ਖਿਲਾਫ ਕੋਈ ਕ੍ਰਿਮੀਨਲ ਕੇਸ ਫਾਈਲ ਹੋ ਜਾਏਗਾ ਤੇ ਉਹ ਪੁਲਿਸ ਨੂੰ ਡਰਦੇ ਰਿਪੋਰਟ ਨਹੀਂ ਕਰਦੇ आई वुड सजेस्ट की पुलिस नु जरूर रिपोर्ट करो अपने फाइनेंशियल इंस्टिट्यूट नु जरूर रिपोर्ट करो अपनी ट्रांजैक्शंस ਦਾ ਡਾਟਾ ਆਪਣਾ ਰੈਕੋਰਡ ਜਿਹੜਾ ਆ ਪੂਰਾ ਮੇਨਟੇਨ ਰੱਖੋ ਐਂਡ ਵਾਂਸ ਯੂ ਗੈਟ ਅਵੇਅਰ ਆਫ ਥੀਸ ਕਾਈਂਡ ਆਫ ਇਨਸੀਡੈਂਟਸ ਐ ਇਦਾਂ ਦੇ ਫਰਾਡਸ ਉਹਨੂੰ ਦੁਬਾਰਾ ਜਿਹੜਾ ਆ ਉਹਨੂੰ ਰਿਪੀਟ ਨਾ ਕਰੋ ਕਿਉਂਕਿ ਮੋਸਟ ਆਫ ਦਾ ਟਾਈਮ ਅਗਰ ਤੁਸੀਂ ਪਹਿਲੀ ਵਾਰ ਜਾਣੇਣ ਜਾਣੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਕਰ ਦਿੱਤੀ ट्रांजैक्शन ਸੋ ਉਹਨੂੰ ਰਿਪੋਰਟ ਕਰੋ ਪੁਲਿਸ ਨੂੰ ਬਟ اگر اسی طرح ਦੀਆਂ ٹرانزیکشن دوبارہ ਤੁਹਾਡੀ لائف دے وچ ہوندیاں نے ਤੁਹਾਡੀ اکاؤنٹ ہسٹری دے وچ دین دیر کین بی کرمنل چارجز دیر کین بی فراڈ چارجز اگینسٹ یو جی ਤੁਸੀਂ اپنی گل بات وچ آکھیا سی کہ نیو کمرز زیادہ پھس جاندے نے اس کیمرز دے ہتھوں جی نیو کمرز کوویں پتہ لگ جندا ہے کہ ایسے ویکتی نو ہی اپا ٹارگٹ کرنا اے دا اتے پیچھے کی کام میکنزم کی کام کردا کہ اے نوواں بندا پتہ پھڑ لو جی نیو کمرز ਡਿਫਰੈਂਟ ਡਿਫਰੈਂਟ ਤਰ੍ਹਾਂ ਦੀ ਐਜੂਕੇਸ਼ਨਲ ਬੈਕਗ੍ਰਾਉਂਡ ਤੋਂ ਆਉਂਦੇ ਨੇ ਲੋਕ ਜੀ ਡਿਫਰੈਂਟ ਡਿਫਰੈਂਟ ਤਰ੍ਹਾਂ ਦੀ ਉਹਨਾਂ ਦੀਆਂ ਨੋਲਿਜ ਹੁੰਦੀ ਹੈ ਜਦੋਂ ਅਸੀਂ ਇੱਥੇ ਆਉਂਦੇ ਆ ਪਹਿਲਾਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਕ੍ਰੈਡਿਟ ਹਿਸਟਰੀ ਨੂੰ ਲੈ ਕੇ ਤੇ ਆਪਣੀ ਫਾਈਨੈਂਸ਼ੀਅਲ ਹਿਸਟਰੀ ਨੂੰ ਲੈ ਕੇ ਲੋਕੀ ਕਾਫੀ ਸੈਂਸਿਟਿਵ ਨੇ ਜੀ ਐਂਡ ਜਦੋਂ ਤੁਸੀਂ ਨਵੇਂ ਆਉਂਦੇ ਹੋ ਤਾਂ ਆਪਣੀ ਜਦੋਂ ਪੈਸਾ ਇੱਥੇ ਕਨਵਰਟ ਕਰਦੇ ਹੋ ਤਾਂ ਐਸ ਕੰਪੇਅਰ ਟੂ ਯਰ ਬੈਕ ਹੋਮ ਕੰਟਰੀ ਥੋੜਾ ਪੈਸਾ ਜਿਹੜਾ ਆ ਉਹ ਬਹੁਤ ਥੋੜੀ ਗਿਣਤੀ 'ਚ ਹੁੰਦਾ ਹੈ ਤੇ ਅ ਕਈ ਵਾਰ ਲੋਕਾਂ ਨੂੰ ਲਾਲਚ ਹੁੰਦਾ ਹੈ ਕਿ ਉਹਨੂੰ ਕਿਸੇ ਤਰ੍ਹਾਂ ਦੀ ਇਨਵੈਸਟਮੈਂਟ ਚ ਪਾ ਕੇ ਅਸੀਂ ਉਹਨੂੰ ਹੋਰ ਗਰੋਅ ਕਰ ਲਈਏ ਰਾਈਟ ਇਦਾਂ ਦੇ ਇਦਾਂ ਦੀਆਂ ਕਈ ਤਰ੍ਹਾਂ ਦੀਆਂ ਕੰਪਨੀਆਂਜ਼ ਐਂਡ ਸਕੀਮਸ ਵੀ ਆਉਂਦੀਆਂ ਨੇ ਤੁਹਾਨੂੰ ਲਾਲਚ ਦਿੰਦੀਆਂ ਨੇ ਕਿ ਤੁਸੀਂ ਇਨਵੈਸਟ ਕਰ ਦਿਓ ਟਾਰਗੇਟ ਕਿਉਂ ਹੁੰਦੇ ਨੇ ਉਹ ਲੋਕ ਕਿਉਂਕਿ ਉਹਨਾਂ ਦੇ ਕੋਲ ਇਥੋਂ ਦੇ ਸਿਸਟਮ ਦੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਜਿਹੜੀ ਹੈ ਫਾਈਨੈਂਸ਼ੀਅਲ ਸਿਸਟਮ ਦੀ ਜਿਹੜੀ ਪੂਰੀ ਇਨਫੋਰਮੇਸ਼ਨ ਜਾਂ ਨੌਲੇਜ ਨਹੀਂ ਹੁੰਦੀ ਸੋ ਉਹਦੇ ਵਾਸਤੇ ਇੱਕ ਹੀ ਸੁਜੈਸ਼ਨ ਹੈ ਕਿ ਤੁਸੀਂ ਵੱਧ ਤੋਂ ਵੱਧ ਅ ਇਨਫੋਰਮੇਸ਼ਨ ਲਾ ਜਿਹੜੀਆਂ ਗਵਰਨਮੈਂਟ ਦੀਆਂ ਵੈਬਸਾਈਟਸ ਨੇ ਉਹਨਾਂ ਤੇ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਅਵੇਲੇਬਲ ਆ ਕਾਫੀ ਤਰ੍ਹਾਂ ਦੇ ਰਿਸੋਰਸਸ ਨੇ ਕਾਫੀ ਤਰ੍ਹਾਂ ਦੀਆਂ ਨਾਨ ਗਵਰਨਮੈਂਟ ਏਜੰਸੀਜ਼ ਨੇ ਜਿਹੜੀਆਂ ਤੁਹਾਨੂੰ ਅ ਇਸ ਤਰ੍ਹਾਂ ਦੀ ਹੈਲਪ ਕਰਦੀਆਂ ਨੇ ਅਵੇਅਰ ਕਰਦੀਆਂ ਨੇ ਐਂਡ ਮੋਰਓਵਰ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਤੁਹਾਨੂੰ ਅ ਕੋਈ ਸਕੈਮਰਸ ਜਿਹੜੇ ਤੁਹਾਨੂੰ ਟਾਰਗੇਟ ਕਰਦੇ ਆ ਜੀ ਅ ਉਹਨੂੰ ਤੁਸੀਂ ਸ਼ੇਅਰ ਜ਼ਰੂਰ ਕਰੋ ਆਪਣੇ ਫਰੈਂਡਸ ਦੇ ਨਾਲ ਜਾਂ ਫੈਮਿਲੀ ਦੇ ਨਾਲ ਕਈ ਵਾਰ ਹੁੰਦਾ ਕਿ ਅਗਰ ਮੇਰੇ ਕੋਲ ਉਹ ਇਨਫੋਰਮੇਸ਼ਨ ਨਹੀਂ ਹੈ ਹੋ ਸਕਦਾ ਮੇਰੇ ਕਿਸੇ ਫੈਮਿਲੀ ਮੈਂਬਰ ਦੇ ਕੋਲ ਉਸ ਚੀਜ਼ ਬਾਰੇ ਇਨਫੋਰਮੇਸ਼ਨ ਹੋਵੇ ਕਿ ਇਹ ਚੀਜ਼ ਗਲਤ ਹੈ ਜਾਂ ਸਹੀ ਹੈ ਜੀ ਐਂਡ ਆਪਣਾ ਜਿਹੜਾ ਸਿਨ ਨੰਬਰ ਹੈ ਆਪਣੀਆਂ ਜਿਹੜੀ ਪਰਸਨਲ ਇਨਫੋਰਮੇਸ਼ਨ ਹੈ ਉਹ ਕਿਸੇ ਨਾਲ ਸ਼ੇਅਰ ਨਾ ਕਰੋ ਜੀ ਖਾਸ ਕਰਕੇ ਕਈ ਵਾਰ ਬਹੁਤ ਸਰੀਆਂ ਅਜਿਹੀਆਂ ਚੀਜ਼ਾਂ ਨੇ ਪ੍ਰੋਡਕਟ ਦੇ ਨਾਂ ਤੇ ਤੁਹਾਡੇ ਕੋਲੋਂ ਤੁਹਾਡੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਡਿਟੇਲ ਉਹ ਲੈ ਲਈ ਜਾਂਦੀ ਹੈ ਜਿਉਂ ਤੱਕ ਲੋਕ ਸੰਭਲਦੇ ਆ ਉਹ ਤੱਕ ਅਕਾਊਂਟ ਦੇ ਵਿੱਚੋਂ ਕਈ ਕੁਛ ਨਿਕਲ ਚੁੱਕਾ ਹੁੰਦਾ ਹੈ ਇੱਕ ਕਿਸ ਤਰ੍ਹਾਂ ਕਾਬੂ ਚਾਇਦੇ ਲੋ ਅ ਦੇਖੋ ਅ ਅੱਜ ਕੱਲ ਆਨਲਾਈਨ ਕਾਫੀ ਕੁਝ ਚੱਲ ਰਿਹਾ ਅ ਅਸੀਂ ਸ਼ਾਪਿੰਗ ਵੀ ਬਹੁਤ ਆਨਲਾਈਨ ਕਰਨ ਕਰਨੀ ਸ਼ੁਰੂ ਹੋ ਗਏ ਆ ਬਿਲਕੁਲ ਅ ਹਰ ਇੱਕ ਸਟੋਰ ਦੀ ਵੈਬਸਾਈਟ ਦੇ ਉੱਤੇ ਡਿਫਰੈਂਟ ਤਰ੍ਹਾਂ ਦੇ ਇੱਕ ਵੈਰੀਫਿਕੇਸ਼ਨ ਸਿਗਨੇਚਰਸ ਹੁੰਦੇ ਨੇ ਰਾਈਟ ਉਹਨਾਂ ਨੂੰ ਵੈਰੀਫਾਈ ਕਰੋ ਐਂਡ ਅਗਰ ਤੁਹਾਨੂੰ ਡਾਊਟ ਲੱਗਦਾ ਹੈ ਅ ਤੇ ਤੁਸੀਂ ਆਪਣੇ ਫਾਈਨੈਂਸ਼ੀਅਲ ਇੰਸਟੀਟਿਊਟ ਨੂੰ ਪੁੱਛ ਸਕਦੇ ਹੋ ਕਿ ਮੈਂ ਇਸ ਵੈਬਸਾਈਟ ਤੋਂ ਪਰਚੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਕੀ ਮੇਰੀ ਜਿਹੜੀ ਇਨਫੋਰਮੇਸ਼ਨ ਇੱਥੇ ਸੇਫ ਹੈ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਜਿਹੜੀ ਸੇਫ ਹੈ ਐਂਡ ਹਮੇਸ਼ਾ ਆਥੈਂਟਿਕ ਰਿਪਿਊਟਡ ਕੰਪਨੀਆਂਜ਼ ਦੀ ਵੈਬਸਾਈਟ ਤੋਂ ਹੀ ਤੁਸੀਂ ਆ ਸ਼ੋਪਿੰਗ ਕਰੋ ਆ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਕ੍ਰੈਡਿਟ ਕਾਰਡ ਐਂਡ ਆਪਣੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਜਿਹੜੀ ਉਹ ਕਦੀ ਵੀ ਕਿਸੇ ਨਾਲ ਸ਼ੇਅਰ ਨਾ ਕਰੋ ਜਦੋਂ ਤੱਕ ਤੁਹਾਨੂੰ ਇਹ ਨਹੀਂ ਪਤਾ ਕਿ ਹਾਂ ਉਹ ਇੱਕ ਆਥੈਂਟਿਕ ਸੈਲਰ ਹੈ ਜਾਂ ਨਹੀਂ ਹੈ ਜੀ ਐਂਡ ਅਗੇਨ ਆਸਕ ਯੂਰ ਫਾਈਨੈਂਸ਼ੀਅਲ ਇੰਸਟੀਚਿਊਟ ਫਾਰ ਡਿਫਰੈਂਟ ਕਾਈਂਡ ਆਫ ਸਿਕਿਉਰਿਟੀ ਮੈਜਰਸ ਹੁਣ ਆਪਾਂ ਗੱਲ ਕੀਤੀ ਸੀ ਇੱਕ ਪਾਸੇ ਗੜੇ ਮਾਰੀ ਹੋਈ ਹੁਣ ਕੁਦਰਤੀ ਆਫਤ ਜਿਹੜੀ ਖਾਸ ਕਰਕੇ ਕੋਵਿਡ-19 ਚੱਲ ਰਹੀ ਹੈ ਇਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਕਾਲਸ ਆਈਆਂ ਨੇ ਕਿ ਕੋਵਿਡ ਦੇ ਨਾਂ ਤੇ ਵੀ ਲੋਕਾਂ ਨੂੰ ਫਸਾ ਲਿਆ ਗਿਆ ਹੋਵੇ ਜਾਂ ਇਸ ਤਰ੍ਹਾਂ ਦਾ ਕੋਈ ਮਾਮਲਾ ਸਾਹਮ ਅਹ ਦੇਖੋ ਕੋਵਿਡ ਇੱਕ ਇੱਕ ਡਿਫਰੈਂਟ ਤਰ੍ਹਾਂ ਦੀ ਸਿਚੁਏਸ਼ਨ ਹੈ 2020 ਦੇ ਵਿੱਚ ਅਗਰ ਮੈਂ ਕੋਵਿਡ ਦੇ ਰਿਲੇਟਡ ਤੁਹਾਨੂੰ ਡਾਟਾ ਦੱਸਾਂ ਤੇ ਮਾਰਚ ਦੇ ਵਿੱਚ ਸ਼ੁਰੂ ਹੋਇਆ ਸੀ ਕੈਨੇਡਾ ਦੇ ਵਿੱਚ ਸੋ ਮਾਰਚ ਤੋਂ ਲੈ ਕੇ ਜੂਨ 19 ਤੱਕ ਦਾ ਜਿਹੜਾ ਡਾਟਾ ਜਿਹੜਾ ਹੈ ਉਹ ਸਾਨੂੰ ਇਹ ਦੱਸਦਾ ਹੈ ਕਿ ਜਿਹੜੇ ਫਰਾਡਸ ਰਿਪੋਰਟ ਹੋਏ ਨੇ 1509 ਦੇ ਕਰੀਬ ਇਹ ਫਰਾਡਸ ਰਿਪੋਰਟ ਹੋਈ ਸੀ ਸਾਡੇ ਕੋਲ ਮਾਰਚ, April, May ਐਂਡ June June ਦਾ ਵੀ ਪੂਰਾ ਮਹੀਨਾ ਨਹੀਂ ਅਸੀਂ ਉਹਦੇ ਵਿੱਚ ਕਾਊਂਟ ਕਰਦੇ ਸੋ ਸਾਡੇ ਇੱਕ ਤਿੰਨ ਮਹੀਨੇ ਦਾ ਡਾਟਾ ਜਿਹੜਾ ਹੈ ਉਹ ਸਾਨੂੰ ਇਹ ਸ਼ੋ ਕਰਦਾ ਕਿ 1509 ਕੇਸਸ ਆਲਰੇਡੀ ਰਿਪੋਰਟ ਹੋ ਚੁੱਕੇ ਸੀਗੇ ਉਦੋਂ ਤੱਕ ਜੀ ਐਂਡ ਕੈਨੇਡੀਅਨ ਵਿਕਟਿਮਸ ਆਫ ਫਰਾਡ ਜਿਹੜੇ ਕੋਵਿਡ ਦੇ ਰਿਲੇਟਡ ਆਏ ਨੇ ਉਹ ਸਾਡੇ ਕੋਲ ਕੋਈ 674 ਦੇ ਕਰੀਬ 674 اچھا جی ਦੇ قریپ ਸਾਡੇ ਕੋਲ جڑے وکٹمز جڑے نے وہ رپورٹ ہوئے نے ڈیفرنٹ ڈیفرنٹ طرح دے کووڈ ریلیٹڈ سکیمز دے وچ تے جڑا اجے تک نقصان ہویا کینیڈینز نو کووڈ دے ریلیٹڈ فراڈز دے نال او اجے تک ہے گا 1.89 ملین ڈالرز او ادھا بڑا نقصان ہون تک ہویا رائٹ جی سو اگین جس طرح میں پہلے بھی دسیا کہ جڑے فراڈسٹرز نے سکیمرز نے ਉਹ ਹਰ ਇੱਕ ਸਿਚੁਏਸ਼ਨ ਨੂੰ ਇੱਕ ਓਪਰਚੁਨਿਟੀ ਲੈ ਕੇ ਚੱਲਦੇ ਆ ਬਿਲਕੁਲ ਸਹੀ ਸੋ ਕੋਵਿਡ ਦੇ ਰਿਲੇਟਡ ਕਾਫੀ ਸਾਰੇ ਸਕੈਮਸ ਇਸ ਟਾਈਮ ਚੱਲ ਰਹੇ ਨੇ ਬੈਨੀਫਿਟਸ ਦੇ ਨਾਂ ਤੇ ਸਕੈਮਸ ਚੱਲ ਰਹੇ ਨੇ ਤੁਸੀਂ ਨਾ ਸਾਡੇ ਦਰਸ਼ਕਾਂ ਨੂੰ ਕਿਉਂਕਿ ਲਗਭਗ ਸਾਰੀ ਦੁਨੀਆ ਪੀੜਤ ਇਸ ਵਕਤ ਕੋਵਿਡ 19 ਤੋਂ ਕੱਲੀ-ਕੱਲੀ ਚੀਜ਼ ਡਿਟੇਲ ਚ ਦੱਸਦੇ ਹੋ ਸਾਡੇ ਸਾਰੇ ਦਰਸ਼ਕਾਂ ਨੂੰ ਤਾਂ ਕਿ ਲੋਕ ਸੁਚੇਤ ਹੋ ਜਾਣ ਅਜੇ ਕੋਵਿਡ 19 ਖਤਮ ਹੁੰਦਾ ਤੇ ਜਾਪ ਨਹੀਂ ਰਿਹਾ ਪਰ ਲੋਕਾਂ ਨੂੰ ਜਾਗਰੂਕ ਕਰ ਸਕਦੇ ਆ ਇਹ ਕੋਵਿਡ ਦੇ ਰਿਲੇਟਡ ਲੋਕਾਂ ਨੂੰ ਇਹੀ ਇੱਕ ਸੁਜੈਸ਼ਨ ਆ ਕਿ ਜਦੋਂ ਤੁਸੀਂ ਆਪਣੇ ਬੈਨੀਫਿਟਸ ਨੂੰ ਅਪਲਾਈ ਕਰਦੇ ਹੋ ਜੀ ਅਗਰ ਤੁਸੀਂ ਖੁਦ ਕਰ ਸਕਦੇ ਹੋ ਤਾਂ ਸੀਆਰਏ ਦੀ ਆਥੈਂਟਿਕ ਵੈਬਸਾਈਟ ਜਿਹੜੀ ਆ ਉਹਦੇ ਤੇ ਜਾ ਕੇ ਕਰੋ ਅਗਰ ਤੁਹਾਨੂੰ ਉਸ ਬਾਰੇ ਪੂਰੀ ਤਰ੍ਹਾਂ ਨੋਲੇਜ ਨਹੀਂ ਆ ਜਾਂ ਇਨਫੋਰਮੇਸ਼ਨ ਨਹੀਂ ਆ ਤਾਂ ਕਿਸੇ ਵੀ ਸਰਟੀਫਾਈਡ ਜਿਹੜੇ ਅਕਾਊਂਟੈਂਟਸ ਨੇ ਅਕਾਊਂਟੈਂਟਸ ਨੂੰ ਮਿਲੋ ਜਾ ਕੇ ਅ ਅਕਾਊਂਟੈਂਟਸ ਦੇ ਥਰੂ ਵੀ ਤੁਸੀਂ ਇਹ ਚੀਜ਼ ਕਰ ਸਕਦੇ ਹੋ ਜਾਂ ਸੀਆਰਏ ਨੂੰ ਤੁਸੀਂ ਡਾਇਰੈਕਟ ਕਾਲ ਕਰਕੇ ਇਦਾਂ ਦੇ ਬੈਨੀਫਿਟਸ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਰ ਜਾਣੇ ਜਾਂਣ ਦੇ ਵਿੱਚ ਤੁਸੀਂ ਅ ਕੋਈ ਇਸ ਤਰ੍ਹਾਂ ਦੀ ਬੈਨੀਫਿਟ ਵਾਸਤੇ ਕਿਸੇ ਦੀ ਸਲਾਹ ਦੇ ਵਿੱਚ ਆ ਕੇ ਜਾਂ ਕੋਈ ਵੀ ਬੈਨੀਫਿਟ ਸਾਈਨ ਅਪ ਕਰ ਲਿਆ ਜੀ ਸੋ ਉਹ ਉਹਨੂੰ ਵੀ ਤੁਸੀਂ ਦੁਬਾਰਾ ਰਿਪੋਰਟ ਸੀਆਰਏ ਨੂੰ ਡਾਇਰੈਕਟ ਹੀ ਕਰ ਸਕਦੇ ਹੋ ਅਗਰ ਗਲਤੀ ਨਾਲ ਵੀ ਹੋ ਗਿਆ ਜੀ ਬਟ ਕਿਸੇ ਵੀ ਥਰਡ ਪਾਰਟੀ ਸਕੈਮਰਸ ਦੇ ਨਾਲ ਤੁਸੀਂ ਡੀਲ ਨਾ ਕਰੋ ਕਿਸੇ ਵੀ ਤਰ੍ਹਾਂ ਦੀਆਂ ਇਦਾਂ ਦੀਆਂ ਕਾਲਸ ਨਾ ਅਟੈਂਡ ਕਰੋ ਇਟਸ ਅ ਵੈਰੀ ਡਿਫਿਕਲਟ ਸਿਚੁਏਸ਼ਨ ਕਿਉਂਕਿ ਬਹੁਤ ਸਾਰੇ ਆਫੀਸਰਸ ਜਿਹੜੇ ਨੇ ਉਹ ক্লোਜ਼ ਨੇ ਇਸ ਟਾਈਮ ਕਈ ਵਾਰੀ ਤੁਸੀਂ ਹੁਣ ਜਾ ਕੇ ਨਹੀਂ ਮਿਲ ਸਕਦੇ ਜਾਂ ਇਨਫੋਰਮੇਸ਼ਨ ਨਹੀਂ ਲੈ ਸਕਦੇ ਬਟ ਸਟਿਲ ਉਹ ਜਿਹੜੀਆਂ ਗਵਰਨਮੈਂਟ ਏਜੰਸੀਜ਼ ਨੇ ਜਿਹੜੀਆਂ ਉਹਨਾਂ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹਨਾਂ ਦੇ ਵੈਬਸਾਈਟਸ ਦੇ ਉੱਤੇ ਅਵੇਲੇਬਲ ਹੈ ਜੀ ਇਹ ਜਦੋਂ ਇਹ ਸਕੈਮਰਸ ਇਹਨਾਂ ਨੂੰ ਪਸਾਉਂਦੇ ਖਾਸ ਕਰਕੇ ਬੈਨੀਫਿਟ ਦੇ ਨਾਂ ਤੇ ਤੇ ਕੀ ਕਾਲਸ ਆਉਂਦੀਆਂ ਨੇ ਹੈ ਜਾਂ ਕਿਸ ਤਰ੍ਹਾਂ ਸੰਪਰਕ ਕਿਵੇਂ ਕੀਤਾ ਜਾਂਦਾ ਤੇ ਕਾਲਸ ਉੱਪਰ ਕੀ ਜਾਂਦਾ ਆਮ ਤੌਰ ਤੇ ਕਿਉਂਕਿ ਬਹੁਤ ਸਾਰੇ ਲੋਕ ਅਜੇ ਸ਼ਾਇਦ ਉਹਨਾਂ ਨੂੰ ਇਹ ਤਜਰਬਾ ਨਾ ਹੋਇਆ ਹੋਵੇ ਅਹ ਦੇਖੋ ਬੜੇ ਤਰ੍ਹਾਂ ਦੇ ਇਨਸੀਡੈਂਟਸ ਬੜੇ ਤਰ੍ਹਾਂ ਦੇ ਏਦਾਂ ਦੇ ਸਕੈਮਸ ਚੱਲ ਰਹੇ ਨੇ ਅਹ ਕਈ ਵਾਰ ਅਹ ਜੇ ਤੁਸੀਂ ਫਾਈਨੈਂਸ਼ੀਅਲ ਡਿਸਟ्रेस ਦੇ ਵਿੱਚ ਹੋ ਸੋ ਇਹ ਕਾਲਸ ਤਾਂ ਰੈਂਡਮ ਆਉਂਦੀਆਂ ਨੇ ਰਾਈਟ ਕਾਲਸ ਉਹ ਉਹ ਉਹਨਾਂ ਦੇ ਕੋਲ ਕੋਈ ਫੋਨ ਡਾਟਾ ਐਕਸੈਸ ਕਰਦੇ ਨੇ ਜਿਹਦੇ ਵਿੱਚ ਉਹ ਕਿਸੇ ਨੂੰ ਵੀ ਕਾਲ ਕਰ ਸਕਦੇ ਆਗਰ ਅਗਰ 100 ਟਾਰਗੇਟਸ ਨੇ ਉਹਨਾਂ ਦੇ ਦੇ ਕੋਲ ਤੇ ਉਹਨਾਂ ਦੇ ਵਿੱਚੋਂ ਅਗਰ 10 ਵੀ ਉਹਨਾਂ ਦੇ ਕੋਲ ਆ ਗਏ ਤੇ ਉਹਨਾਂ ਉਹਨਾਂ ਦੀਆਂ ਪਾਉ ਬਾਰਾਂ ਨੇ ਰਾਈਟ ਸੋ ਉਹ ਬੇਸਿਕਲੀ ਅਗਰ ਉਹ ਕਾਲ ਕਰਦੇ ਨੇ ਤੇ ਉਹਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਮੇਨ ਟਾਰਗੇਟ ਹੁੰਦਾ ਤੁਹਾਡੀ ਪਰਸਨਲ ਇਨਫੋਰਮੇਸ਼ਨ ਪਰਸਨਲ ਫਾਈਨੈਂਸ਼ੀਅਲ ਇਨਫੋਰਮੇਸ਼ਨ ਜਿਹੜੀ ਆ ਉਹ ਗੈਦਰ ਕਰਨਾ ਜੀ ਸੋ ਵਾਂਸ ਦੇ ਹੈਵ ਯੂਰ ਸਿਨ ਨੰਬਰ ਜਦੋਂ ਤੁਹਾਡੇ ਉਹਨਾਂ ਦੇ ਕੋਲ ਤੁਹਾਡੀ ਡੇਟ ਆਫ ਬਰਥ ਤੁਹਾਡਾ ਐਡਰੈਸ ਤੁਹਾਡਾ ਇਸ ਤਰ੍ਹਾਂ ਦਾ ਰੈਕੋਰਡ ਜਿਹੜਾ ਆ ਇਨਫੋਰਮੇਸ਼ਨ ਜਿਹੜੀ ਪਹੁੰਚ ਜਾਂਦੀ ਹੈ ਜੀ ਰਾਈਟ ਉਹ ਤੁਹਾਡੇ ਨਾਮ ਤੇ ਕੋਈ ਵੀ ਫਾਈਨੈਂਸ਼ੀਅਲ ਫਰਾਡ ਕਰ ਸਕਦੇ ਤੁਹਾਡੇ ਨਾਮ ਤੇ ਕ੍ਰੈਡਿਟ ਕਾਰਡ ਲਾ ਸਕਦੇ ਨੇ ਤੁਹਾਡੇ ਨਾਂ ਤੇ ਲੋਨ ਦੇ ਸ਼ੁਕਰਾ ਸਕਦੇ ਨੇ ਫੇਕ ਤੁਹਾਡਾ ਸਾਰਾ ਦਾ ਸਾਰਾ ਐਡਰੈਸ ਚੇਂਜ ਕਰਕੇ ਉਹ ਡਿਫਰੈਂਟ ਆਈਡਿਜ਼ ਈਸ਼ੂ ਕਰਵਾ ਸਕਦੇ ਨੇ ਜੀ ਰਾਈਟ ਇਥੋਂ ਤੱਕ ਕਿ ਕਈ ਤਰ੍ਹਾਂ ਦੀਆਂ ਰਿਪੋਰਟਸ ਦੇ ਵਿੱਚ ਇਹ ਵੀ ਆਇਆ ਕਿ ਉਹ ਫੇਕ ਪਾਸਪੋਰਟਸ ਵੀ ਈਸ਼ੂ ਕਰਵਾ ਸਕਦੇ ਨੇ ਅੱਛਾ ਜੀ ਰਾਈਟ ਸੋ ਆਪਣੀ ਇਨਫੋਰਮੇਸ਼ਨ ਅਗੇਂਸ ਤੁਸੀਂ ਸ਼ੇਅਰ ਨਾ ਕਰੋ ਫੋਨ ਦੇ ਉੱਤੇ ਨਾ ਸ਼ੇਅਰ ਕਰੋ ਬਿਨਾ ਵੈਰੀਫਾਈ ਕੀਤੇ ਜੀ ਰਾਈਟ ਅਤੇ ਜਦੋਂ ਵੀ ਤੁਹਾਨੂੰ ਕੋਈ ਸ਼ੱਕ ਹੈ ਜਾਂ ਡਾਊਟ ਹੈ ਕਾਲ ਬੈਕ ਦ ਅਥੈਂਟਿਕ ਏਜੰਸੀ ਜੇ ਹੁਣ ਕਿਉਂਕਿ ਆਪਣੇ ਵੇਖਣ ਸੁਣਨ ਵਾਲੇ ਸਾਰੇ ਪੰਜਾਬੀ ਨੇ ਇਹ ਆਪਣੀ ਕਮਿਊਨਿਟੀ ਦੇ ਵਿੱਚ ਵੀ ਕਿਉਂਕਿ ਜਾਗਰੂਕਤਾ ਦੀ ਬਹੁਤ ਘਾਟ ਹੈ ਮੈਂ ਦੇਖਦਾ ਅਕਸਰ ਪਰਿਵਾਰਾਂ ਦੇ ਵਿੱਚ ਕਿ ਇਹਨੇ ਅਵੇਅਰ ਨਹੀਂ ਹੁੰਦੇ ਚੀਜ਼ਾਂ ਪ੍ਰਤੀ ਕਮਿਊਨਿਟੀ ਵਾਸਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਵੀ ਕਿਸ ਕਿਸ ਤਰ੍ਹਾਂ ਲੋਕ ਠੱਗੇ ਜਾ ਰਹੇ ਨੇ ਜਿਵੇਂ ਆਪਣੇ ਸਿਰਫ ਭਾਈਚਾਰੇ ਦੀ ਗੱਲ ਕੀਤੀ ਜਾਵੇ ਅ ਸਿਰਫ ਇੱਕ ਪੰਜਾਬੀ ਭਾਈਚਾਰੇ ਦੇ ਵਿੱਚ ਨਹੀਂ ਇਹ ਪੂਰੇ ਕੈਨੇਡਾ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਸਕੈਮਸ ਚੱਲ ਰਹੇ ਨੇ ਜੀ ਆਪਣੀ ਕਮਿਊਨਿਟੀ ਦੇ ਰਿਲੇਟਡ ਮੈਂ ਇਹ ਕਹਿ ਸਕਦਾ ਕਿ ਕਈ ਤਰ੍ਹਾਂ ਦੀਆਂ ਕੰਪਨੀਆਂ ਜਾਂ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਗਰੁੱਪਸ ਬਣ ਚੁੱਕੇ ਨੇ ਜਿਹੜਾ ਜਿਨ੍ਹਾਂ ਦਾ ਮੇਨ ਮਕਸਦੀ ਲੋਕਾਂ ਨੂੰ ਸਕੈਮ ਕਰਨਾ ਜਾਂ ਫਰਾਡ ਕਰਨਾ ਸੋ ਇਦਾਂ ਦੇ ਲੋਕਾਂ ਤੋਂ ਬਚੋ ਤੁਸੀਂ ਇਦਾਂ ਦੇ ਲੋਕਾਂ ਦੀ ਹਮੇਸ਼ਾ ਬੈਕਗ੍ਰਾਉਂਡ ਚੈੱਕ ਕਰੋ ਅਗਰ ਤੁਸੀਂ ਕਿਸੇ ਵੀ ਨਾਲ ਬਿਜ਼ਨਸ ਡੀਲ ਕਰਦੇ ਹੋ ਸੋ ਇਥੇ ਹਰ ਚੀਜ਼ ਜਿਹੜੀ ਹੈ ਉਹ ਲਾਇਸੈਂਸ ਬੇਸ ਆ ਜੀ ਸੋ ਲਾਇਸੈਂਸ ਚੈੱਕ ਕਰੋ ਐਂਡ ਯੂ ਹੈਵ ਫੁੱਲ ਰਾਈਟ ਟੂ ਆਸਕ ਫॉर देयर ਆਈਡੀ ਆਸਕ ਫॉर देयर ਲਾਇਸੈਂਸ ਨੰਬਰ অর ਕੰਪਨੀ ਇਨਫੋਰਮੇਸ਼ਨ ਜੀ ਰਾਈਟ ਜਲਦਬਾਜੀ ਦੇ ਵਿੱਚ ਕੋਈ ਵੀ ਡਿਸੀਜਨ ਨਾ ਲਓ ਰਾਈਟ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਜਿਹੜੇ ਸਾਡੇ ਬਜ਼ੁਰਗ ਨੇ ਬਜ਼ੁਰਗਾਂ ਨੂੰ ਇਹ ਸਲਾਹ ਆ ਕਿ ਉਹ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਕਰਨ ਤੋਂ ਪਹਿਲੇ ਕਿਸੇ ਤਰ੍ਹਾਂ ਦਾ ਬਿਜ਼ਨਸ ਜਾਂ ਟਰਾਂਜੈਕਸ਼ਨ ਕਰਨ ਤੋਂ ਪਹਿਲੇ ਆਪਣੇ ਕਿਸੇ ਫੈਮਿਲੀ ਮੈਂਬਰ ਦੇ ਨਾਲ ਜ਼ਰੂਰ ਸ਼ੇਅਰ ਕਰੋ ਜਿਹਨੂੰ ਇਸ ਬਾਰੇ ਕੋਈ ਨੋਲੇਜ ਹੋਵੇ ਜੀ ਅਗਰ ਤੁਹਾਡੇ ਕੋਲ ਕੋਈ ਫੈਮਿਲੀ ਮੈਂਬਰ ক্লোਜ਼ਲੀ ਨਹੀਂ ਅਵੇਲੇਬਲ ਤੇ ਕਾਫੀ ਸਾਰੇ ਪ੍ਰੋਫੈਸ਼ਨਲ ਰਿਸੋਰਸਸ ਕਮਿਊਨਿਟੀ ਦੇ ਵਿੱਚ ਅਵੇਲੇਬਲ ਨੇ ਸਾਡੇ ਬਹੁਤ ਸਾਰੇ ਕਮਿਊਨਿਟੀ ਮੈਂਬਰਸ ਨੇ ਜਿਹੜੇ ਪ੍ਰੋਫੈਸ਼ਨਲ ਅਕਾਊਂਟੈਂਟਸ ਨੇ ਪ੍ਰੋਫੈਸ਼ਨਲ ਲਾਇਰਸ ਨੇ ਰਾਈਟ ਉਹਨਾਂ ਦੇ ਕੋਲ ਜਾ ਕੇ ਤੁਸੀਂ ਉਹਨਾਂ ਦੇ ਕੋਲੋਂ ਇਨਫੋਰਮੇਸ਼ਨ ਲਓ ਜੇ ਕੋਈ ਇਸ ਤਰ੍ਹਾਂ ਠੱਗੀ ਦਾ ਸ਼ਿਕਾਰ ਹੋ ਜਾਂਦਾ ਤੇ ਉਹ ਪੁਲਿਸ ਨੂੰ ਸੰਪਰਕ ਕਰਨਾ ਚਾਹੁੰਦਾ ਕਈ ਵਾਰ ਪੁਲਿਸ ਸਟੇਸ਼ਨ ਨਹੀਂ ਹੁੰਦੇ ਪਰ ਲੋਕੀ ਕਈ ਵਾਰੀ ਗਲਤੀ ਕਰਦੇ ਆ ਕਿ ਉਹ ਐਮਰਜੈਂਸੀ ਨੰਬਰ ਡਾਇਲ ਕਰ ਦਿੰਦੇ ਆ 911 ਡਾਇਲ ਕਰ ਦਿੰਦੇ ਆ ਨੋਨ ਐਮਰਜੈਂਸੀ ਨੰਬਰ ਕਿਹੜਾ ਨੰਬਰ ਹੈ ਜਿਹਦੇ ਤੇ ਕਾਲ ਕੀਤੀ ਜਾ ਸਕਦੀ ਜੇ ਸਿਰਫ ਤੁਹਾਡੇ ਨਾਲ ਰਿਲੇਟਡ ਗੱਲ ਕੀਤੀ ਜਾਵੇ ਤੇ ਅਮ ਦੇਖੋ ਨਨ ਐਮਰਜੈਂਸੀ ਨੰਬਰਸ ਜਿਹੜੇ ਨੇ ਡਿਫਰੈਂਟ ਏਜੰਸੀਜ਼ ਦੇ ਡਿਫਰੈਂਟ ਹੋ ਸਕਦੇ ਨੇ ਜਿਸਾ ਕੈਲਗਰੀ ਪੁਲਿਸ ਦੀ ਵੈਬਸਾਈਟ ਤੇ ਉੱਤੇ ਜਾ ਕੇ ਤੁਸੀਂ ਉਹਨਾਂ ਦਾ ਜਿਹੜਾ ਨਨ ਐਮਰਜੈਂਸੀ ਨੰਬਰ ਹੈ ਉਹ ਤੁਸੀਂ ਲੈ ਸਕਦੇ ਹੋ ਆ ਆਰ ਸੀ ਐਮ ਪੀ ਦੇ ਰਿਲੇਟਡ ਜਿਹੜੀਆਂ ਡਿਫਰੈਂਟ ਡਿਟੈਚਮੈਂਟਸ ਨੇ ਕਿਉਂਕਿ ਆਰ ਸੀ ਐਮ ਪੀ ਵਰਕਸ ਇਨ ਆਊਟਸਾਈਡ ਆਫ ਦਾ 빅 ਸਿਟੀ ਜਿਸ ਤਰ੍ਹਾਂ ਮੇਰੀ ਪੋਸਟਿੰਗ ਐਸਟਮਚਸਟਰ ਮੀਅਰ ਅਲਬਰਟਾ RCMP ਦੇ ਵਿੱਚ ਹੈ। ਸੋ ਚੈਸਟਰਮੀਅਰ RCMP ਦੀ ਜਿਹੜੀ ਡਿਟੈਚਮੈਂਟ ਆ ਤੁਸੀਂ ਉੱਥੇ ਜਾ ਕੇ ਰਿਪੋਰਟ ਕਰ ਸਕਦੇ ਹੋ। ਉਹਨਾਂ ਦਾ ਜਿਹੜਾ ਆਫਿਸ ਨੰਬਰ ਹੈ ਉਹਨਾਂ ਦੀ ਵੈਬਸਾਈਟ ਦੇ ਉੱਤੇ ਦਿੱਤਾ ਹੋਇਆ। ਅ ਐਂਡ ਉਥੇ ਆਫਿਸ ਸਟਾਫ ਦੇ ਵਿੱਚ ਤੁਹਾਨੂੰ ਹਮੇਸ਼ਾ ਦੋ ਆਪਸ਼ਨ ਪੁੱਛਿਆ ਜਾਂਦੀਆਂ ਨੇ ਕਿ ਅਗਰ ਇਫ ਇਟਸ ਅ ਰੀਅਲ ਐਮਰਜੈਂਸੀ ਦੈਨ ਕਾਲ 911 ਜਿੱਥੇ ਤੁਹਾਨੂੰ ਲਾਈਫ ਰਿਸਕ ਹੋ ਸਕਦਾ ਅਗਰ ਨਾਨ ਲਾਈਫ ਥ्रेटਨਿੰਗ ਕੋਈ ਸਿਚੁਏਸ਼ਨ ਹੈ ਉਹਦੇਚ ਤੁਸੀਂ ਡਾਇਰੈਕਟ ਆਫਿਸ ਕਾਲ ਵਰਕਿੰਗ ਡੇਸ ਨੂੰ ਤੁਹਾਡਾ ਆਫਿਸ ਸਟਾਫ ਜਿਹੜਾ ਹੈ ਕਾਲ ਕਰਦਾ ਅਟੈਂਡ ਕਰਦਾ ਐਂਡ ਅਗਰ ਉਹ ਈਵਨਿੰਗਸ ਨੇ ਜਾਂ ਵੀਕਐਂਡਸ ਨੇ ਜਾਂ ਪਬਲਿਕ ਹੌਲਿਡੇਸ ਨੇ ਉਸ ਕੇਸ ਦੇ ਵਿੱਚ ਉਹ ਕਾਲ ਜਿਹੜੀ ਆ ਉਹ ਸਾਡਾ ਜਿਹੜਾ ਆ ਆਪਰੇਸ਼ਨਲ ਕਮਿਊਨੀਕੇਸ਼ਨ ਸੈਂਟਰ ਆ ਡਿਸਪੈਚ ਸੈਂਟਰ ਜਿਹਨੂੰ ਕਹਿ ਸਕਦੇ ਆ ਉੱਥੋਂ ਦੀ ਉਹ ਕਾਲ ਜਿਹੜੀਆਂ ਡਾਇਵਰਟ ਹੋ ਕੇ ਉਹ ਆਫੀਸਰ ਨੂੰ ਅਸਾਈਨ ਹੁੰਦੀ ਆ ਐਂਡ ਉਹ ਆਫੀਸਰ ਤੁਹਾਨੂੰ ਜਿਹੜੇ ਨੇ ਉਹ ਕਾਲ ਬੈਕ ਕਰ ਸਕਦੇ ਆ ਜਾਂ ਤੁਸੀਂ ਡਾਇਰੈਕਟ ਡਿਟੈਚਮੈਂਟ ਦੇ ਵਿੱਚ ਜਾ ਕੇ ਆਪਣੀ ਕੰਪਲੇਂਟ ਜਿਹੜੀ ਆ ਉਹ ਆਪਣੀ ਦਰਜ ਕਰਾ ਸਕਦੇ ਆ ਜੀ ਜਸਪ੍ਰੀਤ ਜੀ ਟਾਈਮ ਸਾਡੇ ਕੋਲ ਥੋੜਾ ਹੋਰ ਗੱਲਬਾਤ ਨੂੰ ਕੀ ਵਿਦਾ ਸਕਦੇ ਆ ਆਖਿਰ ਦੇ ਵਿੱਚ ਤੁਸੀਂ ਪ੍ਰਾਈਮੇਸ਼ੀਆ ਟੀਵੀ ਦੇ ਦਰਸ਼ਕਾਂ ਨੂੰ ਆਪਣੇ ਵੱਲੋਂ ਆਰਸੀਐਮਪੀ ਵੱਲੋਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਕਿ ਲੋਕ ਇਸ ਚਾਂਸੇ ਦੇ ਵਿੱਚ ਨਾ ਆਉਣ ਜੀ ਅ ਕੈਨੇਡੀਅਨਸ ਨੂੰ ਜਾਂ ਲੋਕਲ ਜਨੇਵੀ ਸਾਡੇ ਕਮਿਊਨਿਟੀ ਦੇ ਲੋਕ ਨੇ ਉਹਨਾਂ ਨੂੰ ਸਭ ਤੋਂ ਵੱਡਾ ਮੈਸੇਜ ਇਹੀ ਹੈ ਕਿ ਡਰਨ ਦੀ ਲੋੜ ਨਹੀਂ ਹੈ ਤੁਸੀਂ ਇਥੇ ਜਿਹੜੀ ਪੁਲਿਸ ਆ ਉਹ ਤੁਹਾਡੀ ਹੈਲਪ ਵਾਸਤੇ ਆ ਜਿੰਨੀਆਂ ਵੀ ਗਵਰਨਮੈਂਟ ਏਜੰਸੀਸ ਨੇ ਉਹ ਕਦੀ ਵੀ ਤੁਹਾਨੂੰ ਡਰਾਉਣ ਵਾਸਤੇ ਜਾਂ ਤੁਹਾਡੇ ਕੋਲੋਂ ਪੈਸੇ ਠੱਗਣ ਵਾਸਤੇ ਕਾਲਸ ਨਹੀਂ ਕਰਦੇ ਤੁਸੀਂ ਆਪਣੀ ਵੈਰੀਫਿਕੇਸ਼ਨ ਕਰੋ ਆਪਣੀ ਪੂਰੀ ਇਨਕੁਆਇਰੀ ਕਰੋ ਜਦੋਂ ਵੀ ਤੁਹਾਨੂੰ ਏਦਾਂ ਦੀਆਂ ਕੋਈ ਕਾਲਸ ਆਉਂਦੀਆਂ ਨੇ ਐਂਡ ਰਿਪੋਰਟ ਕਰੋ ਪੁਲਿਸ ਨੂੰ ਰਿਪੋਰਟ ਕਰੋ ਕੈਨੇਡੀਅਨ ਐਂਟੀ ਫਰਾਡ ਸੈਂਟਰ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਰਿਪੋਰਟ ਵੀ ਕਰ ਸਕਦੇ ਹੋ ਤੁਸੀਂ ਉਹਨਾਂ ਦਾ ਡਾਟਾ ਦੇਖ ਸਕਦੇ ਹੋ ਉੱਥੇ ਕਿਸ ਤਰ੍ਹਾਂ ਦੇ ਸਕੈਮਸ ਚੱਲ ਰਹੇ ਨੇ ਉਹਨਾਂ ਬਾਰੇ ਇਨਫੋਰਮੇਸ਼ਨ ਲਾਓ ਨੋਲਿਜ ਲਾਓ ਐਂਡ ਕਿਸੇ ਵੀ ਠੱਗੀ ਦਾ ਸ਼ਿਕਾਰ ਬਣਨ ਤੋਂ ਪਹਿਲੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਰਿਪੋਰਟ ਕਰੋ ਕਿਉਂਕਿ ਪੁਲਿਸ ਜਿਹੜੀ ਆ ਉਹ ਰਿਪੋਰਟਡ ਕੇਸਸ ਦੇ ਉੱਤੇ ਕੰਮ ਕਰਕੇ ਬਾਕੀ ਏਜੰਸੀਜ਼ ਦੇ ਨਾਲ ਮਿਲ ਕੇ ਇਹਨਾਂ ਦੇ ਕ੍ਰਾਈਮਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਦੀ ਹੈ ਬਹੁਤ ਬਹੁਤ ਧੰਨਵਾਦ ਜਸਪ੍ਰੀਤ ਜੀ ਇਹਨਾਂ ਦਸਪੀਤ ਹੁਣਾਂ ਦੇ ਨਾਲ ਗੱਲਬਾਤ ਦੇ ਵਿੱਚ ਜਿਹੜਾ ਸਿੱਟਾ ਨਿਕਲ ਕੇ ਸਾਹਮਣੇ ਆਇਆ ਜੇ ਅਸੀਂ ਸਾਰੇ ਉਸ ਨੂੰ ਧਿਆਨ ਨਾਲ ਸੁਣੀਏ ਇੱਕ ਡਰ ਤੇ ਦੂਜਾ ਲਾਲਚ ਇਹ ਦੋ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਧੋਖੇਬਾਜ਼ਾਂ ਦੇ ਹੱਥ ਫਸਾ ਦਿੰਦੀਆਂ ਨੇ ਤੇ ਤੁਹਾਡਾ ਵੱਡਾ ਨੁਕਸਾਨ ਕਰ ਦਿੰਦੀਆਂ ਨੇ ਜੇ ਉਸ ਵਕਤ ਆਪਣੀ ਦਿਮਾਗੀ ਸੂਝ-ਬੂਝ ਨੂੰ ਥੋੜਾ ਜਿਹਾ ਕਾਇਮ ਰੱਖੋ ਤੇ ਤੁਸੀਂ ਇਹਨਾਂ ਧੋਖੇਬਾਜ਼ਾਂ ਤੋਂ ਬਚ ਸਕਦੇ ਹੋ ਪਰ ਜੇ ਫਿਰ ਵੀ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਠੱਗੀ ਹੋਈ ਹੈ ਤੇ ਤੁਸੀਂ ਪੁਲਿਸ ਨਾਲ ਸਿੱਧੇ ਸੰਪਰਕ ਕਰ ਸਕਦੇ ਹੋ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਭੈਅ ਦੇ ਬਹੁਤ ਬਹੁਤ ਧੰਨਵਾਦ ਜਸਪੀ ਜੀ ਥੈਂਕ ਯੂ ਅਵਨੀਤ ਜੀ ਫਿਰ ਹਜ਼ਰੂਮਾਨਗਾ ਜੀ ਕਿਸੇ ਹੋਰ ਮਹਿਮਾਨ ਦੇ ਨਾਲ ਪ੍ਰਾਈਮ ਕੈਨੇਡਾ ਵਿੱਚ ਤਦ ਤੱਕ ਲਈ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਦਿ ਵੀ ਤੁਹਾਡਾ ਆਪਣਾ ਤੁਹਾਡੇ ਲਈ